ਸਤਿ ਸ਼੍ਰੀ ਅਕਾਲ ਮੈਂ ਰਾਜਮਾਨ ਜਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਡਾਕਟਰ ਰਾਜ ਬੇਂਸ ਦੇ ਨਾਲ ਐਵਰੀ ਟਿਊਜ਼ਡੇ 11 ਤੋਂ 12 ਬੜੀ ਦੁਨੀਆ ਜੁੜਦੀ ਹੈ ਬੜੇ ਲੋਕ ਫੋਨ ਕਰਕੇ ਕਹਿੰਦੇ ਨੇ ਪਰ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਖੁਦ ਫੋਨ ਕਰਕੇ ਡਾਕਟਰ ਜੀ ਨੂੰ ਕੋਈ ਪੁੱਛਣਾ ਹੋਵੇ ਜਾਂ ਅਗਰ ਤੁਸੀਂ ਡਾਕਟਰ ਤੋਂ ਕੋਈ ਇਲਾਜ ਕਰਾਉਣੇ ਆਪਣਾ ਫੀਡਬੈਕ ਦੇਣਾ ਚਾਹੁੰਦੇ ਹੋ ਪਲੀਜ਼ ਹਮੇਸ਼ਾ ਕਾਲ ਕਰਕੇ ਦੱਸਿਆ ਕਰੋ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਹਰ ਚੀਜ਼ ਕਿੱਦਾਂ ਕਿ ਡਾਕਟਰ ਦੇ ਕਿਹੜਾ ਇਲਾਜ ਦਾ ਕੀ ਹੋ ਰਿਹਾ ਟੈਲੀਫੋਨ ਨੰਬਰ 01215511001 'ਤੇ ਮੈਂ ਇਹ ਵੀ ਕਹਿੰਦਾ ਨਾ ਪਲੀਜ਼ ਕੋਸ਼ਿਸ਼ ਕਰਿਆ ਕਰੋ ਸ਼ੋਅ ਦੇ ਪਹਿਲਾਂ ਨਾ ਸਟਾਰ 'ਚ ਕਾਲ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਲੇਟ ਕਰਦੇ ਫਿਰ ਕਈ ਦਫ਼ਾ ਟਾਈਮ ਸਾਡੇ ਕਾਲ ਸੈਂਟਰ ਸਾਨੂੰ ਕਾਲ ਨਹੀਂ ਪਾ ਸਕਦੇ ਕਿਉਂਕਿ ਟਾਈਮ ਦੀ ਇਜਾਜ਼ਤ ਨਹੀਂ ਹੁੰਦੀ ਉਦੋਂ ਅਤੇ ਉਮੀਦ ਰੱਖਦਾ ਕਿ ਤੁਸੀਂ ਅੱਜ ਦਾ ਵੀ ਸ਼ੋਅ ਇੰਜੋਏ ਕਰੋਗੇ ਚਲੋ ਮੈਂ ਟਾਈਮ ਨਾ ਜ਼ਾਇਆ ਕਰਦਾ ਡਾਕਟਰ ਦਾ ਸਵਾਗਤ ਕਰਕੇ ਸ਼ੋਅ ਅੱਗੇ ਲੱਗ ਜਾਂਦਾ ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜੀ ਨੇ ਤਾਂ ਅੱਜ ਮੈਂ ਵੀ ਬਹੁਤ ਸਮਰੀ ਪਾਇਆ ਪ੍ਰੋਪਰ ਧੁੱਪ ਹੈਗੀ ਇੰਜੋਏ ਕਰੋ ਬਿਕੋਜ਼ ਡਾਕਟਰ ਸਾਹਿਬ ਕੀ ਪਤਾ ਅੱਜ ਹੈਗੀ ਕੱਲ੍ਹ ਹੋਏਗੀ ਨਹੀਂ ਹੋਏਗੀ ਹੈ ਉਹ ਤਾਂ ਹੈ ਭਾਅ ਜੀ ਦੇਖੋ ਕਿੰਨੀ ਦੇਰ ਹੋ ਗਈ ਸਾਨੂੰ ਉਡੀਕ ਕਰਦਿਆਂ ਨੂੰ ਬਿਲਕੁਲ ਬਿਲਕੁਲ ਮੌਸਮ ਬਦਲੇ ਹੈ ਨਾ ਇੰਨੀ ਠੰਡ ਕਿੰਨੇ ਮਹੀਨੇ ਠੰਡ ਰਹੀ ਭਾਅ ਜੀ ਇੱਕ ਤਾਂ ਵੈਦਰ ਤਾਂ ਲੋਕਾਂ ਦਾ ਇਲਾਜ ਹੈ ਇਹ ਵੀ ਇੱਕ ਤਰ੍ਹਾਂ ਦੀ ਮੈਡੀਸਨ ਹੈ ਬਿਲਕੁਲ ਤੁਸੀਂ ਆਟੋਮੈਟਿਕਲੀ ਉਸ ਆਟੋਮੈਟਿਕ ਹਾਂ ਫੀਲ ਬੈਟਰ ਕਰਦੇ ਜਦੋਂ ਨਾ ਧੁੱਪ ਨਿਕਲੇ ਹਾਂਜੀ ਤੁਹਾਡੇ ਜਿਹੜੇ ਲੋਕ ਡਿਪਰੈਸ਼ਨ 'ਚ ਤਾਂ ਹੀ ਰਹਿੰਦੇ ਆ ਇਸ ਮੁਲਕ ਵਿੱਚ ਬਹੁਤ ਜ਼ਿਆਦਾ ਕਿਉਂਕਿ ਉਹ ਮੌਸਮ ਜਿਹੜਾ ਖਰਾਬ ਰਹਿੰਦਾ ਹਰ ਵੇਲੇ ਬੱਦਲ ਰਹਿੰਦਾ ਮੀਂਹ ਰਹਿੰਦਾ ਜਦੋਂ ਧੁੱਪ ਨਿਕਲ ਆਉਂਦੀ ਤੁਸੀਂ ਬਸ ਫੀਲ ਕਰਦੇ ਵੀ ਬ੍ਰਾਈਟ ਪਰ ਇੱਕ ਗੱਲ ਹੈ ਸਾਡੇ ਲੋਕਾਂ ਦੀ ਆਦਤ ਹਾਲੇ ਵੀ ਨਹੀਂ ਜਾਂਦੀ ਕਿਉਂਕਿ ਆਦਤ ਪੈ ਗਈ ਇੱਥੇ ਰਹਿਣ ਦੀ ਮਸਾ ਮਸਾ ਧੁੱਪ ਨਿਕਲੇ ਪਲੀਜ਼ ਧੁੱਪ ਜਾ ਕੇ ਬੈਠਿਆ ਕਰੋ ਇਟਸ ਵੈਰੀ ਵੈਰੀ ਇੰਪੋਰਟੈਂਟ ਅਸੀਂ ਜਦੋਂ ਬਾਹਰ ਵੀ ਗਾਲ ਜਾਂਦੇ ਹਾਂ ਅਸੀਂ ਸ਼ੇਡ ਥੱਲੇ ਬੈਠ ਜਾਂਦੇ ਹਾਂ ਜਾਂ ਦਰਖਤ ਥੱਲੇ ਜਾ ਕਿਤੇ ਹੋਰ ਹਾਂਜੀ ਹਾਂਜੀ ਥੋੜ੍ਹੀ ਜਿਹੀ ਧੁੱਪ ਵੀ ਚਾਹੀਦੀ ਆ ਚਾਹੀਦੀ ਆ ਨਾ ਪੱਕਾ ਚਾਹੀਦੀ ਆ ਡੈਫੀਨਟਲੀ ਜੀ ਡਾਕਟਰ ਸਾਹਿਬ ਵਿਟਾਮਿਨ ਡੀ ਤੁਹਾਡੇ ਪੈਦਾ ਹੁੰਦੀ ਬਾਡੀ ਬਿਲਕੁਲ ਧੁੱਪ ਮਿਲਦੀ ਆ ਤੁਹਾਨੂੰ ਆਪਣੇ ਸੋਏ ਨਹੀਂ ਲਗਾਉਣੇ ਪੈਂਦੇ ਕੁਛ ਨਹੀਂ ਕਰਨਾ ਪੈਂਦਾ ਦੈਟਸ ਨਾਈਸ ਆਪਣਾ ਚਲੋ ਉਮੀਦ ਰੱਖਦਾ ਤੁਸੀਂ ਸ਼ੋਅ 'ਚ ਕਾਲ ਕਰੋਗੇ ਟੈਲੀਫੋਨ ਨੰਬਰ ਫਿਰ ਦੱਸ ਦਿਆਂ 01215511001 ਡਾਕਟਰ ਜੀ ਅੱਜ ਕਿਹਦੇ ਮੁੱਦੇ 'ਤੇ ਗੱਲ ਕਰ ਰਹੇ ਹਾਂ ਅੱਜ ਦਾ ਮੁੱਦਾ ਭਾਅ ਜੀ ਹੈਗਾ ਕੌਫ ਖੰਘ ਵੈਰੀ ਨਾਈਸ ਹਾਂਜੀ ਅਤੇ ਕਿ ਇੱਕ ਬੜਾ ਕੋਮਨ ਪ੍ਰੋਬਲਮ ਆ ਪਰ ਪਿਛਲੀ ਵਾਰੀ ਆਪਾਂ ਹੈਵੀ ਮੈਟਲਸ ਬਾਰੇ ਕਰਦੇ ਸੀ ਟੋਕਸਿਸਿਟੀ ਬਾਰੇ ਅਤੇ ਉਹਦਾ ਥੋੜ੍ਹਾ ਜਿਹਾ ਫਿਨਿਸ਼ ਕਰਨਾ ਆਪਾਂ ਅਤੇ ਇੱਦਾਂ ਹੁੰਦਾ ਵੀ ਥੋੜ੍ਹੇ ਜਿਹੇ ਮਰੀਜ਼ ਅਸੀਂ ਦੇਖੇ ਆ ਵੀ ਉਹ ਕਹਿੰਦੇ ਵੀ ਜਦੋਂ ਅਸੀਂ ਮੋਬਾਈਲ ਫੋਨ ਕੰਨ ਨੂੰ ਲਾਈਦਾ ਆ ਜਾਂ ਅਸੀਂ ਕੰਪਿਊਟਰ ਦੇ ਲਾਗੇ ਜਾਈਦਾ ਆ ਹਾਂਜੀ ਜਾਂ ਟੀ ਵੀ ਦੇ ਲਾਗੇ ਈਵਨ ਜਾਈਦਾ ਅਤੇ ਉਹਨਾਂ ਨੂੰ ਕਰੰਟ ਪੈਂਦੀ ਆ ਜਾਂ ਉਹਨਾਂ ਦਾ ਸਿਰ ਦੁਖਣ ਲੱਗ ਪੈਂਦਾ ਆ ਜਾਂ ਉਹ ਨਾ ਜਨਰਲੀ ਉਹ ਡਿਸਕੰਫਰਟ ਜਾਂ ਫੀਲ ਕਰਦੇ ਆਪਣਾ ਸਰੀਰ ਵੀ ਨੋਰਮਲ ਨਹੀਂ ਹੈਗਾ ਅਤੇ ਇਹਦੀ ਫਿਰ ਅਸੀਂ ਸੋਚਿਆ ਵੀ ਇਹਦੀ ਕੀ ਵਜ੍ਹਾ ਹੋ ਸਕਦੀ ਆ ਕਰਕੇ ਇਹ ਜਿਹੜੀਆਂ ਚੀਜ਼ਾਂ ਇਲੈਕਟ੍ਰੀਕਲ ਚੀਜ਼ਾਂ ਇਹਨਾਂ 'ਚੋਂ ਇਲੈਕਟ੍ਰੋਮੈਗਨੈਟਿਕ ਫੀਲਡ ਨਿਕਲਦਾ ਹੈ ਹਾਂਜੀ ਸੋ ਜਿਹੜੀ ਛੋਟੀ ਡਿਵਾਈਸ ਆ ਉਹਦਾ ਥੋੜ੍ਹੀ ਰੇਂਜ ਹੁੰਦੀ ਆ ਜਿੱਦਾਂ ਟੀ ਵੀ ਆ ਉਹਦਾ ਅਬਾਊਟ 6 ਫੁੱਟ ਰੇਂਜ ਹੁੰਦੀ ਜੇ ਮੈਜਰ ਕਰਕੇ ਦੇਖੋ ਇਲੈਕਟ੍ਰੋਮੈਗਨੈਟਿਕ ਫੀਲਡ ਕਿੰਨਾ ਕੁ ਹੁੰਦਾ ਹੈ ਅਤੇ ਇਹਦਾ ਰੀਜ਼ਨ ਅਸੀਂ ਇਹ ਸੋਚਿਆ ਸੀ ਵੀ ਉਹਨਾਂ ਦੇ ਬੋਡੀ ਵਿੱਚ ਮੈਟਲ ਲਿਆ ਰੁਕੇ ਹਾਂਜੀ ਹੈਵੀ ਜਿਹੜੇ ਆਪਾਂ ਪਿਛਲੀ ਵਾਰੀ ਦੱਸੇ ਸੀ ਨਾ ਜਿੱਦਾਂ ਮਰਕਰੀ ਵਗੈਰਾ ਐਲੂਮੀਨੀਅਮ ਵਗੈਰਾ ਉਹ ਮੈਟਲਸ ਜਿਹੜੇ ਆ ਉਹ ਕੰਡਕਟਰ ਹੁੰਦੇ ਇਲੈਕਟ੍ਰੀਸਿਟੀ ਦੇ ਹਾਂਜੀ ਸੋ ਉਹਨਾਂ ਦਾ ਰਿਐਕਸ਼ਨ ਹੋ ਰਿਹਾ ਜਦੋਂ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਲਾਗੇ ਜਾਂਦੇ ਆ ਤਾਂ ਉਹ ਰਿਐਕਟ ਕਰਦੇ ਆ ਜਿਹੜੇ ਮੈਟਲਸ ਬੋਡੀ ਵਿੱਚ ਰੁਕੇ ਆ ਉਹਦੇ ਕਰਕੇ ਉਹਨਾਂ ਦੀ ਫਿਰ ਸਿਹਤ ਖਰਾਬ ਹੁੰਦੀ ਆ ਪਰ ਜੇ ਦੇਖਿਆ ਜਾਵੇ ਜੇ ਤੁਸੀਂ ਸੋਚੋ ਹੁਣ ਇੰਨੀ ਕੋਲ ਅਸੀਂ ਕੰਨ 'ਤੇ ਬ੍ਰੇਨ 'ਤੇ ਕੰਨ ਦੇ ਕੋਲ ਅੱਖਾਂ ਦੇ ਕੋਲ ਉਹ ਜਿੱਥੇ ਮੇਨ ਤੁਹਾਡਾ ਸਭ ਕੁਛ ਹੈ ਉਹਦੇ ਕੋਲ ਇਲੈਕਟ੍ਰੀਕਲ ਆਈਟਮ ਕਿੰਨਾ ਕਿੰਨੀ ਦੇਰ ਕਈ ਲੋਕਾਂ ਤੋਂ ਬੜੀ ਆਦਤ ਹੈ ਸਾਰਾ ਦਿਨ ਲੱਗੇ ਰਹਿੰਦੇ ਨੇ ਫੋਨ ਦੇ ਉੱਪਰ ਦੈਟਸ ਰਾਈਟ ਸੋ ਜਿਨ੍ਹਾਂ ਦੇ ਥੋੜ੍ਹਾ ਬਹੁਤ ਮੈਟਲ ਹੈਗਾ ਉਹ ਨਹੀਂ ਕਰ ਸਕਦੇ ਇੱਦਾਂ ਨਹੀਂ ਕਰ ਸਕਦੇ ਸਿਰ ਦੁਖਣ ਲੱਗ ਪੈਂਦਾ ਕੋਈ ਨਾ ਕੋਈ ਜਾਂ ਬਰਨਿੰਗ ਫੀਲਿੰਗ ਆਉਣ ਲੱਗ ਪੈਂਦਾ ਦਿਮਾਗ ਵਿੱਚ ਅਤੇ ਉਹਨਾਂ ਲਈ ਕਾਫੀ ਡੇਂਜਰਸ ਆ ਅਤੇ ਕਿਉਂਕਿ ਇਹ ਕੁਛ ਰਿਸਰਚ ਹੋਈ ਹੈ ਇੱਥੇ ਅਤੇ ਉਹਨੇ ਦਿਖਾਇਆ ਲੇਡੀਜ਼ ਇੱਥੇ ਕਈ ਵਾਰੀ ਇੱਥੇ ਟੰਗ ਲੈਂਦੀ ਹੈ ਨਾ ਮੂਹਰੇ ਛਾਤੀ ਦੇ ਅਤੇ ਉਹਨਾਂ ਨੂੰ ਇਹ ਫਾਈਂਡ ਆਊਟ ਕੀਤਾ ਵੀ ਉਹਨਾਂ ਦੇ ਟਿਊਮਰ ਬਣ ਗਏ ਬ੍ਰੈਸਟ ਵਿੱਚ ਐਗਜੈਕਟਲੀ ਉਸ ਥਾਂ 'ਤੇ ਜਿੱਥੇ ਉਹਨੇ ਫੋਨ ਲਾਇਆ ਸੀ ਇੱਥੇ ਅਤੇ ਕਈ ਜੇਬ 'ਚ ਪਾ ਲੈਂਦੇ ਫੋਨ ਔਨ ਕਰਕੇ ਅਤੇ ਉਹਨਾਂ ਦੇ ਇੱਥੇ ਕੋਈ ਨਾ ਕੋਈ ਟਿਊਮਰ ਹੋ ਗਿਆ ਹਾਂਜੀ ਸੋ ਇਹ ਬਹੁਤ ਖਤਰਨਾਕ ਚੀਜ਼ ਆ ਅਤੇ ਜਦੋਂ ਤੁਸੀਂ ਜੇਬ 'ਚ ਪਾਉਂਦੇ ਫੋਨ ਹਮੇਸ਼ਾ ਬੰਦ ਕਰਕੇ ਰੱਖਣਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਨਾ ਕਿ ਤੁਸੀਂ ਨਾ ਪਲੀਜ਼ ਪ੍ਰੋਗਰਾਮ ਦੇਖਿਆ ਕਰੋ ਨਾ ਬੜੀ ਨੌਲੇਜ ਮਿਲਦੀ ਹੈ ਇਹੋ ਅੱਜ ਗੱਲਾਂ ਸੁਣ ਕੇ ਤਾਂ ਬੜਾ ਡਰ ਲੱਗਦਾ ਕਿ ਫੋਨ ਨੂੰ ਤਾਂ ਚੱਕ ਕੇ ਸਿਰ ਤੋਂ ਪਰੇ ਇਹਨੂੰ ਕੀ ਕਰਨਾ ਗਿਆ ਨੋ ਪਰ ਲੋਕਾਂ ਦਾ ਸਾਥ ਡਾਕਟਰ ਸਾਹਿਬ ਦੂਸਰੀ ਗੱਲ ਜੇ ਟਿਊਮਰ ਹੋ ਗਿਆ ਕੁਛ ਵੀ ਹੋ ਗਿਆ ਜਿਹੜਾ ਤੁਹਾਡੇ ਕੰਨ ਦੇ ਕੋਲ ਤੁਸੀਂ ਰੱਖਿਆ ਅਤੇ ਉਹ ਜਦੋਂ ਬਿਮਾਰੀ ਪੈਂਦੀ ਤੁਹਾਨੂੰ ਨਹੀਂ ਪਤਾ ਕਿ ਫੋਨ ਨਾਲ ਹੋਈ ਹੈ ਨਾ ਕੋਈ ਦੱਸ ਹੀ ਨਹੀਂ ਸਕਦਾ ਹਾਂਜੀ ਕੀ ਪਤਾ ਲੱਗਦਾ ਪਤਾ ਨਹੀਂ ਨਾ ਲੱਗਦਾ ਪਤਾ ਨਹੀਂ ਲੱਗਦਾ ਹੌਲੀ ਹੌਲੀ ਇੱਦਾਂ ਦੀਆਂ ਚੀਜ਼ਾਂ ਵੱਧਦੀਆਂ ਆ ਅਤੇ ਇੱਕਦਮ ਤਾਂ ਪਤਾ ਨਹੀਂ ਲੱਗਦਾ ਜਦੋਂ ਕੋਈ ਹੋਰ ਸਿਮਟਮ ਨਿਕਲ ਆਉਂਦੇ ਆ ਤਾਂ ਹੀ ਪਤਾ ਲੱਗਦਾ ਫਿਰ ਤੁਸੀਂ ਜੀ ਪੀ ਨੂੰ ਕੋਂਟੈਕਟ ਕਰਦੇ ਜਾਂ ਕੋਈ ਟੈਸਟ ਕਰਾਉਂਦੇ ਤੁਹਾਡੇ ਤਾਂ ਫਿਰ ਬਾਅਦ 'ਚ ਪਤਾ ਲੱਗਦਾ ਆ
ਪਰ ਉਹ ਇਦਾਂ ਥੋੜੋ ਦੱਸੇਗਾ ਕਿ ਫੋਨ ਕਰਕੇ ਹੋਇਆ ਤਾਂ ਉਹ ਦੱਕ ਤੈਨੂੰ ਤੈਨੂੰ ਇਹ ਬਿਮਾਰੀ ਹੈ ਇਹ ਦੱਸ ਦੇਣਗੇ ਹੁਣ ਉਹਨੇ ਤਾਂ ਬਿਮਾਰੀ ਦੱਸਣੀ ਆ ਉਹਨੇ ਇਹ ਨਹੀਂ ਦੱਸਿਆ ਪਈ ਇਹਦਾ ਕੌਜ਼ ਕੀ ਸੀ ਕੌਜ਼ ਕੀ ਹੈਗਾ ਆਈ ਡੋਨਟ ਨੋ ਤੇ ਉਹ ਉਹਨਾਂ ਨੂੰ ਤਾਂ ਹਲੇ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਹੈ ਕਿ ਇਲੈਕਟ੍ਰੋਮੈਗਨੈਟਿਕ ਫੀਲਡ ਜਿਹੜੇ ਆ ਵੀ ਇਹ ਸਿਹਤ ਨੂੰ ਵੀ ਖਰਾਬ ਕਰਦੇ ਆ ਅਤੇ ਇਹਦੇ ਬਾਰੇ ਅਸੀਂ ਇਹ ਵੀ ਰਿਸਰਚ ਕੀਤੀ ਸੀ ਪੜ੍ਹਿਆ ਸੀ ਵੀ ਜਿਹੜੇ ਇਲੈਕਟ੍ਰੀਕਲ ਸਬ ਸਟੇਸ਼ਨ ਹੁੰਦੇ ਛੋਟੇ ਛੋਟੇ ਬਣਾਏ ਅਤੇ ਜੇ ਉਹਨਾਂ ਦੇ ਲਾਗੇ ਤੁਹਾਡਾ ਨੈਕਸਟ ਡੋਰ ਘਰ ਹੋਵੇ ਤਾਂ ਤੁਹਾਡਾ ਚਾਂਸ ਵੱਧ ਜਾਂਦਾ ਵੀ ਤੁਸੀਂ ਬਿਮਾਰ ਹੋਵੋਗੇ ਰਿਸਕ ਤੁਹਾਡਾ ਵੱਧ ਜਾਂਦਾ ਆ ਅਤੇ USA ਵਿੱਚ ਉਹਨੇ ਕਾਫੀ ਵੱਡੀ ਸਟੱਡੀ ਕੀਤੀ ਸੀ ਅਤੇ ਉਹਨੇ ਦੇਖਿਆ ਵੀ ਉੱਥੇ ਉਹਨਾਂ ਕੈਂਸਰ ਦੇ ਕੇਸ ਵੱਧਦੇ ਆ ਉਸ ਏਰੀਏ ਵਿੱਚ ਜਿੱਥੇ ਇਲੈਕਟ੍ਰੀਕਲ ਸਬ ਸਟੇਸ਼ਨ ਹੋਵੇ ਹਾਂਜੀ ਸੋ ਤੁਸੀਂ ਜੇ ਘਰ ਖਰੀਦਣਾ ਹੋਇਆ ਤਾਂ ਕਦੇ ਵੀ ਇਲੈਕਟ੍ਰੀਕਲ ਸਬ ਸਟੇਸ਼ਨ ਦੇ ਨੈਕਸਟ ਡੋਰ ਘਰ ਨਾ ਲਓ ਬਸ ਜਿਨ੍ਹਾਂ ਦੇ ਘਰ ਹੈਗੇ ਉਹ ਸਟੇਸ਼ਨ ਦੇ ਕੋਲ ਉਹਨਾਂ ਦੀ ਕੀਮਤਾਂ ਤਾਂ ਗਈਆਂ ਹੋਣ ਨਹੀਂ ਪੱਕੀ ਗੱਲ ਹੈ ਕਿਉਂਕਿ ਯੂਨੋ ਇੱਦਾਂ ਦੀ ਗੱਲਾਂ ਡਾਕਟਰ ਸਾਹਿਬ ਨਹੀਂ ਪਤਾ ਹੁੰਦਾ ਲੋਕਾਂ ਨੂੰ ਨਾ ਆਮ ਲੋਕਾਂ ਨੂੰ ਨਹੀਂ ਪਤਾ ਉਹ ਕਹਿੰਦੇ ਥੋੜ੍ਹਾ ਜਿਹਾ ਸਟੇਸ਼ਨ ਹੈਗਾ ਕੀ ਫਰਕ ਪੈਂਦਾ ਖੁੱਲ੍ਹੀ ਜਗ੍ਹਾ ਹੈਗੀ ਹੈ ਕਰਦੇ ਉਹ ਬਿਲਕੁਲ ਹੁੰਦਾ ਵੀ ਨਾਲ ਹੀ ਇੱਕਦਮ ਇੱਦਾਂ ਹੀ ਇੱਦਾਂ ਹੀ ਅਤੇ ਮੈਂ ਇੱਦਾਂ ਦੇ ਵੀ ਪੇਸ਼ੈਂਟ ਦੇਖੇ ਆ ਜੇ ਉਹ ਉਹਨਾਂ ਦੇ ਘਰ ਦੇ ਲਾਗੇ ਉਹ ਫੋਨ ਮਾਸਟ ਹੋਵੇ ਨਾ ਉਹਨਾਂ ਨੂੰ ਬੜਾ ਅਸਰ ਪੈਂਦਾ ਆ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਦੇ ਕਰਕੇ ਫੋਨ ਮਾਸਟ ਕਰਕੇ ਉਹ ਸਿਗਨਲ ਆਈ ਜਾਂਦੇ ਹੈ ਨਾ ਇਲੈਕਟ੍ਰੋਮੈਗਨੈਟਿਕ ਸਿਗਨਲ ਹਰ ਵੇਲੇ ਚੱਲਦੇ ਆ ਉੱਥੇ ਅਤੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਪਰ ਆਮ ਸ਼ੋਰ ਇੱਦਾਂ ਜਿਹੜੇ ਗੱਲਾਂ ਜਿੱਦਾਂ ਡਾਕਟਰ ਸਾਹਿਬ ਗੱਲਾਂ ਦੱਸਦੇ ਬਹੁਤ ਇੰਟਰਸਟਿੰਗ ਆ ਤੁਸੀਂ ਆਪਣੀ ਗੌਰਮੈਂਟ ਦੇ ਨਾਲ ਆਪਣੇ ਲੋਕਲ ਕਾਊਂਸਲ ਨਾਲ ਤੁਸੀਂ ਇਸ਼ੂ ਲੈ ਸਕਦੇ ਹੋ ਨਾ ਬਿਕੋਜ਼ ਉਹ ਬਾਈ ਜ਼ਬਰਦਸਤੀ ਤਾਂ ਲਗਾ ਨਹੀਂ ਸਕਦੇ ਹੋ ਤੁਸੀਂ ਕੰਪਲੇਂਟ ਕਰ ਸਕਦੇ ਕੰਪਲੇਂਟ ਕਰ ਸਕਦੇ ਹੋ ਆਮ ਸ਼ੋਰ ਦੇ ਆਰ ਵੈਰੀ ਫੇਅਰ ਸੁਣਦੇ ਹੈਗੇ ਨੇ ਪਰ ਡਾਕਟਰ ਸਾਹਿਬ ਸੁਣ ਕੇ ਹੁਣ ਦੇਖੋ ਬਈ ਬੜੀ ਕਮਾਲ ਦੀ ਗੱਲ ਹੈ ਕਈ ਲੋਕ ਤਾਂ ਚੱਕ ਕੇ ਲੋਕ ਨਾ ਫੋਨ ਇੱਥੇ ਬੜਾ ਪਾ ਲੈਂਦੇ ਨੇ ਉੱਪਰ ਟੋਪ ਆਦਮੀ ਜਿਹੜੇ ਹੈਗੇ ਨੇ ਉਹ ਲੇਡੀਜ਼ ਵੀ ਪਾ ਲੈਂਦੀਆਂ ਨੇ ਅਤੇ ਕਈ ਦਫ਼ਾ ਬੰਦਾ ਆਪਣੀ ਪੋਕਿਟ 'ਚ ਵੀ ਪਾ ਲੈਂਦਾ ਇਟ ਇਜ਼ ਅ ਡੇਂਜਰਸ ਆਈਟਮ ਦੇਖਿਆ ਜਾਵੇ ਇਟ ਇਜ਼ ਇਹਦੇ ਰਿਸਰਚ ਤਾਂ ਵਾਲੀ ਹੋਈ ਨਹੀਂ ਗੀ ਦੈਟਸ ਦਾ ਪ੍ਰੋਬਲਮ ਜਦੋਂ ਹੁਣ ਤਾਂ ਥੋੜ੍ਹੇ ਕਿੰਨੇ ਸਾਲ ਹੋਏ ਆਪਾਂ ਨੂੰ ਮੋਬਾਈਲ ਫੋਨ ਵਰਤਦੇ ਹਨ ਹੁਣ ਨੋਟ ਦੈਟ ਮੈਨੀ ਉਹ ਪਹਿਲਾਂ ਪਹਿਲਾਂ ਹੁੰਦੇ ਸੀ ਐਡੇ ਐਡੇ ਵੱਡੇ ਵੱਡੇ ਹੁੰਦੇ ਸੀਗੇ ਤਾਂ ਉਹ ਤਾਂ ਕੋਈ ਰੱਖਦਾ ਨਹੀਂ ਸੀ ਕੋਲ ਬਿਜ਼ਨਸਮੈਨ ਉਹ ਤਾਂ ਜਾ ਕੇ ਤੇ ਨਾ ਕਿਤੇ ਰੱਖ ਦੇਣ ਲਿਜਾ ਕੇ ਹੈ ਨਾ ਅਤੇ ਇਹ ਹੁਣ ਜਿਹੜੇ ਸਮਾਰਟਫੋਨਸ ਇਹ ਤਾਂ ਹੁਣ ਸਾਰੇ ਤਕਰੀਬਨ ਲਈ ਫਿਰਦੇ ਆ ਅਤੇ ਬਿਜ਼ਨਸ ਇਹਨਾਂ ਤੋਂ ਬਿਨਾਂ ਹੁਣ ਹੁੰਦੀ ਹੀ ਨਹੀਂ ਹੈ ਹਰੇਕ ਬਿਜ਼ਨਸਮੈਨ ਕੋਲ ਦੋ ਤਿੰਨ ਰੱਖਣੇ ਪੈਂਦੇ ਇੱਦਾਂ ਦੇ ਫੋਨ ਸੋ ਇਹਨਾਂ ਦਾ ਫਾਇਦਾ ਵੀ ਹੈਗਾ ਪਰ ਖਤਰਾ ਵੀ ਹੈਗਾ ਪਰ ਡਾਕਟਰ ਸਾਹਿਬ ਜੇ ਇਹਦਾ ਫੋਨ ਦਾ ਦੇਖਿਆ ਜਾਵੇ ਜਿਹੜਾ ਮੈਡੀਕਲੀ ਇਹਦਾ ਨੁਕਸਾਨ ਹੁੰਦਾ ਉਹ ਤਾਂ ਹੈ ਹੀ ਹੈ ਜਿਹੜੇ ਲੋਕ ਚਾਰਜ 'ਤੇ ਲਗਾ ਕੇ ਮੂੰਹ ਦੇ ਇੱਥੇ ਕੰਨ 'ਤੇ ਲਗਾਉਂਦੇ ਦੈਟ ਇਜ਼ ਵਨ ਆਫ ਦਾ ਮੋਸਟ ਡੇਂਜਰਸ ਯੂ ਕੈਨ ਐਵਰ ਡੂ ਹਾਂਜੀ ਦੱਸ ਜਾਂ ਤੁਸੀਂ ਕਿਸੇ ਬਿਸਤਰ ਦੇ ਉੱਪਰ ਰੱਖ ਲੈਂਦੇ ਹੋ ਜਿੱਥੇ ਕਿ ਉਹਨੂੰ ਥੱਲੇ ਹਵਾ ਨਹੀਂ ਲੱਗਦੀ ਬਿਸਤਰ ਉੱਪਰ ਜਿਸ ਤਰ੍ਹਾਂ ਨੇ ਉੱਪਰ ਰੱਖ ਲਿਆ ਮੇਰੇ ਕੰਨ ਦੇ ਕੋਲ ਪਿਆ ਜੇ ਫੋਨ ਆਏਗਾ ਮੈਨੂੰ ਪਤਾ ਲੱਗ ਜਾਏਗਾ ਤੋ ਯੂ ਨੋ ਦੈਟ ਇਜ਼ ਐਕਸਟ੍ਰੀਮਲੀ ਡੇਂਜਰਸ ਥਿੰਗ ਐਕਸਟ੍ਰੀਮਲੀ ਡੇਂਜਰਸ ਯਾ ਦੈਟਸ ਰਾਈਟ ਉਹਨੂੰ ਅੱਗ ਵੀ ਪੈ ਸਕਦੀ ਅੱਗ ਵੀ ਪੈ ਜਾਂਦੀ ਹੈ ਚਾਰਜ ਕਰਦੇ ਆ ਤੇ ਇਦਾਂ ਵੀ ਡੇਂਜਰ ਹੈਗਾ ਤੇ ਤੁਸੀਂ ਜਦੋਂ ਸੌਂਦੇ ਆ ਉਹ ਤੁਹਾਡੇ ਕੋਲ ਲੱਗੇ ਤਾਂ ਹੋਣਾ ਨਹੀਂ ਚਾਹੀਦਾ ਫੋਨ ਇਟ ਸ਼ੁੱਡ ਨੈਵਰ ਬੀ ਕਲੋਜ਼ ਟੂ ਯੂ ਤੁਸੀਂ 8 ਘੰਟੇ ਸੌਣਾ ਹੁੰਦਾ ਹੈ ਇਹਦਾ ਮਤਲਬ 8 ਘੰਟੇ ਉਹ ਤੁਹਾਡੇ ਲਾਗੇ ਰਹਿੰਦਾ ਆ ਅਤੇ ਉਹ ਟ੍ਰਾਂਸਮਿਟ ਕਰੀ ਜਾਂਦਾ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਤੋਂ ਭਾਅ ਜੀ ਅਮਰ ਸਿੰਘ ਮੇਰੇ ਕੋਲ ਦੋਸਤ ਹੈਗੇ ਨੇ ਵੈਰੀ ਡਿਸਿਪਲਿਨ ਲਾਈਫ ਦੇ ਵਿੱਚ ਜਦੋਂ ਫੈਮਿਲੀ ਘਰ ਜਾਂਦੀ ਹੈ ਨਾ 7 ਵਜੇ ਡਿਨਰ ਟੇਬਲ 'ਤੇ ਬੈਠਦੇ ਉਹਨਾਂ ਦੇ ਫੋਨ ਸੁਇਚ ਆਫ ਹੋ ਜਾਂਦੇ ਨੇ ਵੈਨ ਦੇ ਗੋ ਅਪਸਟੇਅਰਸ ਟੂ ਬੈਡ ਦੇ ਡੋਂਟ ਟੇਕ ਦ ਫੋਨ ਅਪਸਟੇਅਰਸ ਗੁੱਡ ਆਈਡੀਆ ਨਹੀਂ ਓਨੈਸਟਲੀ ਮੈਂ ਬੜਾ ਸ਼ੌਕ ਕਰਦਾ ਕਿਉਂਕਿ ਕਈ ਲੋਕ ਕਹਿੰਦੇ ਜੇ ਮੇਰਾ ਫੋਨ ਬੰਦ ਹੋ ਗਿਆ ਮੇਰਾ ਤਾਂ ਸਾਹ ਬੰਦ ਹੋ ਜਾਏਗਾ ਯੂ ਨੋ ਕਿ ਮੈਂ ਕਿ ਸਮ ਪੀਪਲ ਜਸਟ ਕਾਂਟ ਸਟੇ ਡਾਕਟਰ ਸਾਹਿਬ ਮੈਨੂੰ ਬਲੀਵ ਕਰੋ ਕਈ ਲੋਕ ਜੇ ਬੈਡ 'ਚੋਂ ਕਿਚਨ 'ਚ ਗਏ ਨਾਲ ਲੈ ਗਏ ਬਾਥਰੂਮ 'ਚ ਗਏ ਤਾਂ ਨਾਲ ਲੈ ਗਏ ਉਹਨੂੰ ਛੱਡਦੇ ਨਹੀਂ ਉਹਨੂੰ ਛੱਡਦੇ ਨਹੀਂ ਤਾਂ ਸਰੇਲੀ ਬੈਡ ਅਤੇ ਇੱਕ ਤਰ੍ਹਾਂ ਦਾ ਵੀ ਐਡਿਕਸ਼ਨ ਹੋ ਜਾਂਦਾ ਸਪੈਸ਼ਲੀ ਤੁਸੀਂ ਬੱਚੇ ਦੇਖਦੇ ਹਨ ਉਹ ਗੇਮਾਂ ਖੇਲੀ ਜਾਂਦੇ ਸਾਰਾ ਦਿਨ ਖੇਲੀ ਜਾਂਦੇ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਗੇਮਾਂ ਖੇਲੀ ਜਾਂਦੇ ਇਹ ਇੱਕ ਐਡਿਕਸ਼ਨ ਟਾਈਪ ਆ ਇਹ ਅਸੀਂ ਐਕਚੁਅਲੀ ਫੋਨ ਦੇ ਉੱਪਰ ਨਾ ਮੇਰੇ ਹੁਣੇ ਦਿਮਾਗ 'ਚ ਗੱਲ ਆਈ ਹੈ ਅਸੀਂ ਕੋਈ ਸ਼ੋਅ ਕਰਾਂਗੇ ਉਹਦੇ ਇਲੈਕਟ੍ਰੋਨਿਕ ਵਾਈਜ਼ ਕੀ ਉਹਦਾ ਨੁਕਸਾਨ ਹੁੰਦਾ ਬੋਡੀ ਦੇ ਵਿੱਚ ਕੁਛ ਇਹ ਡਿਟੇਲ ਉਹਦੀ ਡੈਪਥ ਕੱਢ ਕੇ ਨਾ ਮੈਂ ਸ਼ੋਅ ਕਰਾਂਗੇ ਜ਼ਰੂਰ ਉਹਦੇ ਉੱਪਰ ਅੱਜ ਅਸੀਂ ਜ਼ਰਾ ਮੈਡੀਕਲ ਟਰਮ ਉੱਪਰ ਰਹਿੰਦੇ ਹਾਂ ਅਤੇ ਉਹਦੀ ਗੱਲਬਾਤ ਕਰਦੇ ਜੀ ਡਾਕਟਰ ਸਾਹਿਬ ਹਾਂਜੀ ਸੋ ਆਪਾਂ ਅੱਜ ਕੌਫ ਬਾਰੇ ਬੋਲਣਾ ਅਤੇ ਕੌਫ ਜਿਹੜੀ ਖੰਘ ਆ ਇਹ ਨੋਰਮਲੀ ਤੁਹਾਨੂੰ ਕੋਲਡ ਹੁੰਦਾ ਜਾਂ ਫਲੂ ਹੁੰਦਾ ਤਾਂ ਖੰਘ ਆਮ ਹੋ ਜਾਂਦੀ ਆ ਹਾਂਜੀ ਸੋ ਇਹ ਨੋਰਮਲੀ ਤਾਂ ਜਾਂ ਤਾਂ ਵਾਇਰਸ ਹੁੰਦਾ ਆ ਜਾਂ ਬੈਕਟੀਰੀਆ ਹੁੰਦਾ ਆ ਅਤੇ ਉਹਦੇ ਨਾਲ ਫਿਰ ਤੁਹਾਡੇ ਫੇਫੜਿਆਂ ਵਿੱਚ ਇਰੀਟੇਸ਼ਨ ਹੁੰਦੀ ਆ ਅਤੇ ਖੰਘ ਸ਼ੁਰੂ ਹੋ ਜਾਂਦੀ ਆ ਸੋ ਖੰਘ ਡਰਾਈ ਕੌਫ ਵੀ ਹੋ ਸਕਦੀ ਆ ਜਾਂ ਵੈਟ ਕੌਫ ਵੀ ਹੋ ਸਕਦੀ ਆ ਹਾਂਜੀ ਸੁੱਕੀ ਖੰਘ ਜਿਹੜੀ ਆ ਅਤੇ ਉਹਦੇ ਨਾਲ ਰੇਸ਼ਾ ਨਹੀਂ ਹੁੰਦੀ ਹੈਗੀ ਜਿਹੜੀ ਵੈਟ ਕੌਫ ਆ ਉਹਦੇ ਨਾਲ ਰੇਸ਼ਾ ਬਣਦੀ ਆ ਅਤੇ ਨੋਰਮਲੀ ਦਰਅਸਲ ਇਹੀ ਆ ਵੀ ਜਦੋਂ ਵਾਇਰਸ ਕੌਫ ਹੁੰਦੀ ਆ ਉਹ ਮੋਸਟਲੀ ਸੁੱਕੀ ਖੰਘ ਹੁੰਦੀ ਆ ਅਤੇ ਜਦੋਂ ਬੈਕਟੀਰੀਆ ਪੈਦਾ ਹੋ ਜਾਂਦਾ ਹੈ ਫੇਫੜਿਆਂ ਦੇ ਵਿੱਚ ਅਤੇ ਉਦੋਂ ਫਿਰ ਰੇਸ਼ਾ ਨਾਲ ਆਉਣੀ ਸ਼ੁਰੂ ਹੋ ਜਾਂਦੀ ਡਾਕਟਰ ਇੱਕ ਕਾਲ ਲੈ ਲਈ ਫਿਰ ਗੱਲ ਕਰਦੇ ਆਪਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ 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 ਜੀ ਕੌਣ ਬੋਲਦੇ ਹੋ ਆਪਣਾ ਨਾਮ ਦੱਸਣਾ ਚਾਹੋਗੇ ਹਾਂਜੀ ਹਾਂਜੀ ਦੱਸੋ ਜੀ
मैं जगजीत सिंह बोल रहा जी। भाजी स्वागत करते हैं, जो तुम नैक्सट बोलोगे तो सीधा डॉक्टर जी थोड़ा जवाब देंगे, तुम उन्होंने गल कर लो। अच्छा जी। हाँ जी बोलो जी। हेलो। हाँ जी बोलो बोलो डॉक्टर। हेलो। हाँ जी मैं अपना नाम तो जी दस चुका हाँ। हाँ जी। मैनू पेशाब की तकलीफ हैगी है, पेशाब बहुत ज्यादा आना, तकलीफ ना नहीं आता पर पेशाब आना बहुत ज्यादा आ, रात नू भी तो कुछ दिन नू भी। डॉक्टर ने दवाइया तो मैं दिखा पर बनता वो कुछ नहीं। हाँ जी। तुहानू भाजी शुगर की बीमारी भी आ? शुगर की भी हैगी है। हाँ जी। वो कंट्रोल च रहिंदी शुगर? हाँ वो कंट्रोल च। अच्छा जी। ते नॉम हाँ जी नॉर्मली जेडे डायबेटिक आ उन्हां नू तकरीबन ज़्यादा पेशाब आंदा आ। हाँ जी। ते इत्थे थोड़ी जी डाइट तुहाडी च कंट्रोल करन वाली आ जी। अच्छा। वो इन्ना फर्क पै सकदा है क्योंकि उन्हीं तुहानू दवाइयां देणियां ब्लैडर नू कंट्रोल करन लई। हाँ जी। ते वो थोड़ा बहुत कम करदियां पर पूरा कम नहीं वो करदियां दवाइयां। जी। हाँ जी हाँ जी। सो ये तुसी फिर क्लीनिक फोन करियो फिर तुहानू डाइट बारे दसांगे कितना चेंज करना। ओके जी। अच्छा क्लीनिक नू की टेलीफोन नंबर होना? ਭਾਜੀ ਤੁਹਾਡਾ ਜਿਹੜਾ ਸਾਡਾ ਕਾਲ ਸੈਂਟਰ ਜਿੱਥੇ ਤੁਸੀਂ ਕਾਲ ਕੀਤਾ ਸੀ ਨਾ ਉਹਨਾਂ ਨੂੰ ਰਿੰਗ ਕਰਕੇ ਪੁੱਛੋ, ਤੁਹਾਨੂੰ ਨੰਬਰ ਦੇਣਗੇ। ਫਿਰ ਤੁਸੀਂ ਮੰਡੇ ਵੈਨਸਡੇ ਫਰਾਈਡੇ 10 ਤੋਂ 11 ਫੋਨ ਕਰਨਾ, ਸੋਮਵਾਰ ਨੂੰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਫੋਨ ਕਰਨਾ 10 ਤੋਂ 11, ਸਾਡਾ ਕਾਲ ਸੈਂਟਰ ਕੋਲੋਂ ਨੰਬਰ ਲੈ ਲਵੋ। ਓਕੇ ਜੀ ਥੈਂਕ ਯੂ, ਬਹੁਤ ਅੱਛਾ ਲੱਗਿਆ ਤੁਸੀਂ ਡਾਕਟਰ ਸਾਹਿਬ ਮੁੱਦੇ 'ਤੇ ਫਿਰ ਗੱਲ ਕਰਦੇ। ਮੈਂ ਉਹਨਾਂ ਨਾਲ ਥੋੜ੍ਹੀ ਮੈਂ ਹਮੇਸ਼ਾ ਕਹਿੰਦਾ ਤੁਸੀਂ ਇੱਕ ਸਵਾਲ ਪੁੱਛਦੇ ਹੋ ਬੜਾ ਐਕਸਟੈਂਡ ਹੋ ਜਾਂਦਾ, ਅੱਛੀ ਤਰ੍ਹਾਂ ਇਲੈਬੋਰੇਟ ਕਰਦੇ ਹਾਂ ਤਾਂ ਕਿ ਉਹਨੂੰ ਅੱਛੀ ਤਰ੍ਹਾਂ ਡਿਸਕਸ ਨਿਚੋੜ ਕੱਢੀ ਉਹਦਾ ਕਿਉਂ ਹੁੰਦਾ ਕਾਹਤੇ ਹੁੰਦਾ। ਡਾਕਟਰ ਸਾਹਿਬ ਉਹਦਾ ਤਾਂ ਜ਼ਾਹਿਰ ਹੈ ਕਿ ਜਦੋਂ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਡਾਇਬੀਟੀਜ਼ ਕਰਕੇ ਆਉਂਦਾ ਹੈਗਾ, ਪਰ ਉਹਨਾਂ ਨੇ ਹੁਣ ਦੱਸਿਆ ਕਿ ਮੇਰੀ ਡਾਇਬੀਟੀਜ਼ ਕੰਟਰੋਲ ਆ ਤਾਂ ਫਿਰ ਕਿੱਦਾਂ ਹੋ ਸਕਦਾ? ਹਾਂਜੀ ਭਾਅ ਜੀ ਦੇਖੋ ਜੀ ਇਹ ਕੰਟਰੋਲ ਇੱਦਾਂ ਹੁੰਦੀ ਹੈ ਵੀ ਉਹ ਜਿਹੜੇ ਫਿਗਰਸ ਲੈਂਦੇ ਉਹ ਦੱਸਦੇ ਆ ਵੀ ਇਹ ਹੁਣ ਕੰਟਰੋਲ ਆ ਇਹ ਆਊਟ ਆਫ ਕੰਟਰੋਲ ਆ, ਉਹ ਐਵਰੇਜ ਫਿਗਰਸ ਹੁੰਦੇ ਆ। ਹਾਂਜੀ। ਅਤੇ ਉਹ ਜਿਵੇਂ ਕਿ 1000 ਬੰਦਾ ਲੈਂਦੇ ਆ ਅਤੇ ਉਹਨਾਂ ਦੇ ਸਾਰਿਆਂ ਦੇ ਰੀਡਿੰਗਸ ਲੈ ਕੇ ਡਾਇਬੀਟਿਕਸ ਦੇ ਉਹ ਐਵਰੇਜ ਕੱਢ ਲੈਂਦੇ ਆ ਵੀ ਆਹ ਐਵਰੇਜ ਆ, ਇਹ ਤੋਂ ਜੇ ਉਹ ਜ਼ਿਆਦਾ ਆ ਇਸ ਨੰਬਰ ਤੋਂ ਤੁਹਾਨੂੰ ਸ਼ੂਗਰ ਆ, ਜੇ ਤੋਂ ਘੱਟ ਆ ਤਾਂ ਕੰਟਰੋਲ 'ਚ ਆ। ਪਰ ਪ੍ਰੋਬਲਮ ਇਹ ਆ ਵੀ ਅਸੀਂ ਇੰਡੀਵਿਜੁਅਲ ਹਾਂ, ਹਾਂਜੀ ਅਸੀਂ ਸੇਮ ਨਹੀਂ ਹੈਗੇ ਸਾਰੇ। ਸੋ ਜਿਹੜਾ ਉਹਨੇ ਕਿਹਾ ਵੀ ਇਹ ਕੰਟਰੋਲ ਫਿਗਰ ਆ ਨੰਬਰ 7 ਆ ਜਾਂ ਕਿ ਹੈ ਨਾ, ਉਹ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਨੂੰ ਉਹ ਅਪਲਾਈ ਕਰਦਾ ਆ। ਹਾਂਜੀ। ਸੋ ਇਹਨਾਂ ਦੇ ਜੇ ਗਲੂਕੋਜ਼ ਰੀਡਿੰਗ 7 ਆ ਰਿਹਾ ਅਤੇ ਇਹਦਾ ਮਤਲਬ ਉਹਨੇ ਕਿਹਾ ਤਾਂ ਫਿਰ ਬਸ ਠੀਕ ਹੈ ਹੁਣ ਇਹ ਕੰਟਰੋਲ 'ਚ ਆ, ਕੰਟਰੋਲ 'ਚ। ਬਟ ਰੀਅਲੀ ਇਟਸ ਨੋਟ, ਜੇ ਕੰਟਰੋਲ 'ਚ ਹੁੰਦਾ ਤਾਂ ਇਹਨਾਂ ਨੂੰ ਇੰਨਾ ਪਿਸ਼ਾਬ ਨਹੀਂ ਹੁੰਦਾ, ਨਹੀਂ ਆਉਣਾ ਚਾਹੀਦਾ ਨਾ। ਦੈਟਸ ਰਾਈਟ, ਦੈਟ ਇਜ਼ ਦ ਓਨਲੀ ਰੀਜ਼ਨ। ਹੋਰ ਕੋਈ ਡਾਇਟ ਦਾ ਪ੍ਰੋਬਲਮ? ਹੋਰ ਡਾਇਟ ਵੀ ਹੋ ਸਕਦੀ ਆ ਵੀ ਇਹਨਾਂ ਦੀ ਜਿਹੜੀ ਡਾਇਟ ਆ ਉਹ ਕਈ ਵੋਟਰੀ ਫੂਡਸ ਜ਼ਿਆਦਾ ਹੁੰਦੇ ਆ, ਹਾਂਜੀ, ਜਾਂ ਲੋਕ ਚਾਹ ਜ਼ਿਆਦਾ ਪੀਂਦੇ ਰਹਿੰਦੇ ਆ, ਹੈ ਨਾ। ਆਲ ਦੀਸ ਥਿੰਗਸ ਕੈਨ ਐਡ ਅਪ, ਆਫ ਕੋਰਸ ਉਹਦੇ ਨਾਲ ਫਿਰ ਬਲੈਡਰ ਪਿਸ਼ਾਬ ਜ਼ਿਆਦਾ ਆਉਂਦਾ ਰਹਿੰਦਾ। ਪਹਿਲੀ ਗੱਲ ਡਾਕਟਰ, ਜੇ ਤੁਸੀਂ ਰਾਤੀ ਲੇਟ ਬਹੁਤਾ ਡਰਿੰਕ ਵਗੈਰਾ ਨਾ ਪੀਵੋ, ਜੂਸਿਸ ਵਗੈਰਾ ਚਾਹ ਵਗੈਰਾ ਕੋਈ, ਫਿਰ ਉਹਦੇ ਨਾਲ ਵੀ ਫਰਕ ਪੈ ਸਕਦਾ? ਉਹਦੇ ਨਾਲ ਫਰਕ ਪੈਂਦਾ ਆ, ਪੈਂਦਾ ਹੈ। ਤੁਸੀਂ ਜੇ ਲੇਟ ਚਾਹ ਪੀਂਦੇ ਆ ਫਿਰ ਤੁਹਾਨੂੰ ਰਾਤ ਨੂੰ ਜ਼ਰੂਰ ਉੱਠਣਾ ਪਏਗਾ, ਹਾਂਜੀ, ਬਿਕੋਜ਼ ਚਾਹ ਵਿੱਚ ਡਾਇਰੈਟਿਕ ਹੁੰਦਾ ਹੈ ਕੈਫੀਨ, ਅਤੇ ਉਹਦੇ ਨਾਲ ਪਿਸ਼ਾਬ ਆਉਣਾ ਹੀ ਆਉਣਾ। ਅਤੇ ਕਈ ਲੋਕ ਜ਼ਿਆਦਾ ਬਹੁਤ ਚਾਹ ਪੀਂਦੇ ਆ, ਹੈ ਨਾ, ਕਈ ਵਾਰੀ ਦਿਹਾੜੀ 'ਚ ਚਾਹ ਪੀਣੀ ਅਤੇ ਇਹ ਤਾਂ ਫਿਰ ਉਹ ਪਿਸ਼ਾਬ ਆਉਂਦਾ ਹੀ ਰਹਿੰਦਾ ਵਾਰ ਵਾਰ। ਸੋ ਇੱਦਾਂ ਦੀਆਂ ਚੀਜ਼ਾਂ ਸਾਰੀਆਂ ਪੁੱਛ ਕੇ ਫਾਇੰਡ ਆਊਟ ਕਰਨਾ ਪੈਂਦਾ ਐਗਜੈਕਟਲੀ, ਹੈ ਨਾ, ਅਤੇ ਕੀ ਪ੍ਰੋਬਲਮ ਹੈ, ਕਿੱਥੇ ਐਡਜਸਟਮੈਂਟ ਕਰਨਾ। ਥੈਂਕ ਯੂ ਜੀ ਤੁਹਾਡਾ ਕਾਲ ਕਰਨ ਦਾ। ਪ੍ਰੋਗਰਾਮ ਦੇਖਦੇ ਰਹੋ, ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੋ। ਡਾਕਟਰ ਸਾਹਿਬ, ਤੁਸੀਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦਿਮਾਗ 'ਚ ਗੱਲ ਆਇਆ, ਮੈਂ ਸ਼ੁਰੂਆਤ 'ਚ ਪੁੱਛਦਾ ਹੁੰਦਾ ਸਵਾਲ, ਮੈਂ ਹੁਣ ਪੁੱਛਦਾ ਕਿਸੇ ਲੇਡੀ ਦਾ, ਮੈਨੂੰ ਮੈਸੇਜ ਆਇਆ ਜਸਟ ਸ਼ੋਅ ਤੋਂ ਪਹਿਲਾਂ, ਬੜਾ ਇੰਟਰਸਟਿੰਗ, ਮੈਨੂੰ ਅੱਛਾ ਲੱਗਿਆ, ਬੜੀ ਯੂਨੋ ਸੋਚਣ ਵਾਲੀ ਗੱਲ ਹੁੰਦੀ ਕਿ ਉਹਦੇ ਦਿਮਾਗ 'ਚ ਕਿੱਦਾਂ ਆਇਆ। ਉਹ ਪੁੱਛਦੇ ਕਿ ਜਿਹੜੀ ਹੋਮਿਓਪੈਥੀ ਮੈਡੀਸਨ ਆ ਉਹਦੀ ਡੇਟ ਹੁੰਦੀ ਹੈ ਕਿ ਐਕਸਪਾਇਰੀ ਡੇਟ ਵਗੈਰਾ? ਹਾਂਜੀ। ਸੋ ਗੱਲ ਇੱਦਾਂ ਭਾਅ ਜੀ ਵੀ ਕਾਨੂੰਨ ਅਨੁਸਾਰ ਉੱਤੇ ਡੇਟ ਲਿਖਣੀ ਪੈਂਦੀ ਜਦੋਂ ਮੈਨੂਫੈਕਚਰ ਕਰਦੇ ਦਵਾਈਆਂ ਜਿਹੜੀਆਂ ਬਣਾਉਂਦੇ ਆ ਨਾ, ਅਤੇ ਉਹਨਾਂ ਮੈਨੂਫੈਕਚਰਸ ਨੂੰ ਡੇਟ ਉੱਤੇ ਪਾਉਣੀ ਪੈਂਦੀ ਆ, ਅਤੇ ਨੋਰਮਲੀ ਇਜਾਜ਼ਤ ਗੌਰਮੈਂਟ ਵੱਲੋਂ ਆਪਾਂ 5 ਸਾਲ ਦੀ ਡੇਟ ਹੁੰਦੀ ਆ, ਪੰਜ ਸਾਲ ਦੀ ਐਕਸਪਾਇਰੀ ਡੇਟ ਹੁੰਦੀ ਹੈ ਹੋਮਿਓਪੈਥੀ ਦਵਾਈ ਦੀ। ਦੈਟਸ ਰਾਈਟ, ਦੈਟਸ ਲੌਂਗ ਇਨਫ, ਦੈਟਸ ਲੌਂਗ ਇਨਫ, ਪਰ ਅਸੀਂ ਦੇਖਿਆ ਵੀ ਦਵਾਈ ਖਰਾਬ ਨਹੀਂ ਹੁੰਦੀ ਹੈਗੀ, ਕਿਉਂਕਿ ਸਾਡੇ ਕੋਲ ਬਹੁਤ ਚਿਰਾਂ ਦੀਆਂ ਦਵਾਈਆਂ ਕਈ ਪਈਆਂ, ਉਹ ਹਲੇ ਵੀ ਕੰਮ ਕਰ ਰਹੀਆਂ, ਅਤੇ ਉਹ ਸਿਰਫ ਉਦੋਂ ਖਰਾਬ ਹੋਮਿਓਪੈਥੀ ਦਵਾਈ ਹੁੰਦੀ ਹੈ ਜਦੋਂ ਤੁਸੀਂ ਕਿਤੇ ਗਰਮ ਥਾਂ 'ਤੇ ਉਹਨੂੰ ਰੱਖ ਦਿੰਦੇ ਹਾਂ, ਜਾਂ ਉੱਤੇ ਧੁੱਪ ਪੈ ਜਾਂਦੀ ਹੈ, ਧੁੱਪ ਪੈ ਜਾਂਦੀ, ਹਾਂ, ਤਾਂ ਖਰਾਬ ਹੁੰਦੀ ਆ, ਜਾਂ ਕਿਤੇ ਬੋਤਲ ਖੁੱਲ੍ਹੀ ਰਹਿ ਜਾਵੇ ਤਾਂ ਖਰਾਬ ਹੋ ਸਕਦੀ ਆ, ਕਿਉਂਕਿ ਉਹਦੇ ਵਿੱਚ ਥੋੜ੍ਹਾ ਜਿਹਾ ਪ੍ਰਿਜ਼ਰਵੇਟਿਵ ਹੁੰਦਾ ਹੈ, ਉਹਦੇ ਨਾਲ ਖਰਾਬ ਨਹੀਂ ਹੁੰਦੀ ਹੈਗੀ ਨੋਰਮਲੀ। ਅਤੇ ਜੇ ਟੈਬਲੇਟਸ ਆ ਤਾਂ ਉਹ ਟੈਬਲੇਟਸ ਜੇ ਭੁਰਨ ਲੱਗ ਪੈਣ ਜਾਂ ਉਹਦਾ ਰੰਗ ਬਦਲ ਜਾਣ ਉਹਦਾ ਮਤਲਬ ਉਹ ਖਰਾਬ ਹੋ ਚੁੱਕੀ ਆ, ਪਰ ਜਿਹੜੀ ਲਿਕੁਇਡ ਆ
वो तकरीबन जे तो ओरिजिनल पैक आ है ना फिर खराब नहीं होंगे है करके प्रिजर्वेटिव पाया हों टैबलेट जब तक रंग ना बदले मतलब चली जा सकती है। हाँ जी दैट्स राइट उत्ते चल सकती है टेस्ट ना खराब होया हो रंग ना खराब होया हो भुरमी ना हो। थैंक यू सो मच तुम सवाल पूछे मैं बहुत थोड़ा डॉक्टर ने पूछ के जवाब देता वेरी इंटरेस्टिंग बड़ा अच्छा सवाल चेगा थोड़ा प्लीज इदा दे कॉल करके खुद भी रिंग करके पता कर लिया करो तो अच्छा लगता जी डॉक्टर साहब। हाँ जी सो खंघ तो आप कर रहे तो वह जिदा आप कह पे बैक्टीरिया कॉज हो सकता वायरस हो सकता जो कोल्ड फ्लू होंगे तो बाकी होर कुछ कॉज भी होंगे जी खंघ थोड़ी कित नहीं हटती तो वह हो सकता भी एस्थमा करके भी हो सकती है करके जो सह दियाँ ट्यूब्स जड़ियाँ वो घुटमिया हो जाए भी वो खंघ आ सकती है तो कई बार असं बच्चे देखी दे कहते पे यदि खंघ नहीं हटती जी तो कहते चैकअप भी कराया वह कहें सब कुछ ठीक है पे इन कोई प्रॉब्लम नहीं है पर इनू खंघ नहीं हटती हैगी तो फिर असी ये सोचा भी यदा मतलब भी उन्होंने माइल्ड एस्थमा थोड़ा जहा है आ थोड़ी जी सह दियाँ नाड़ियाँ जड़ियाँ घुटमिया है इस करके उन्होंने खंघ आ रही है तो फिर जो असं इस बेसिस से उन्होंने ट्रीटमेंट करते हैं तो बच्चे की खंघ हट जाती है। हाँ जी सो एक एलर्जिक एस्थमा हैगा हाँ जी कोई ना कोई चीज़ तो एलर्जी हो जाती है तो जिदा हुण हे फीवर सीजन शुरू होया इस वेले तो पोलन तो एलर्जिक हो जाते लोग तो उन्होंने इस करके भी खंघ आती रही समर टाइम। हाँ जी सो कई कॉजेज इदा हो सकते हैं पर खंघ जी तीन हफ्ते तो बद नहीं होनी चाहिए दैट्स राइट नॉर्मली जी ऑर्डनरी कॉफ आ विदिन 3 वीक्स खत्म हो जाती है। हाँ जी सो जे तो लंबे टाइम चलती रहे तीन चार हफ्ते तो बाद जो तुम कफ की गल करते मैं याद तुम्हें पता ना उदो जनवरी चली फ्रेंड में हुई सी हाँ जी हाँ दो तीन महीने रही सी उन्होंने कफ दैट्स राइट उन्हें हर तरह की कफ मिक्सचर ट्राई की ड्राई कफ चेस्टी कफ दी तो कोई लॉसेजेस वगैरह खाई गया कोई फर्क नहीं पाया कोई लोग कहते ये कर वो कर नूं दे गागल और जी तुम दवा दीते उन्होंने दो तीन दिन फर्क पैना शुरू हो गया दैट्स राइट। हाँ जो हम कॉफ मिक्सचर आम मिलते हैं फार्मेसी चो उन्होंने कोई खास गुड चीज़ा नहीं होंगे है तो इदा एक होंगे ग्वाफनीसिन उन्होंने कहेंदे वो एक्सपेक्टरेंट होंगे जे रेशा बनी हो रेशा थोड़ी जी पतली करके बाहर कढ़ दिंदा है तो एक डेक्सट्रोमेथोफेन होंगे वो ड्राई कॉफ लिए होंगे वो कॉफ में सप्रैस करता है। हाँ जी या फिर कोडीन लिंकटस होंगी है कोडीन लिंकटस वो फीम तो बनी होंगी है। हाँ जी वो कॉफ में सप्रैस करती है तो पर कॉन्स्टिपेशन हो जाती है जो तुम ज़्यादा चिर लो। हाँ जी सो बड़ी इफेक्टिव नहीं है जिहड़ियां कॉफ मिक्सचर्स आ तो अजकल तो NHS से भी कॉफ मिक्सचर बहुत घट देंगे बिल्कुल। हाँ जी क्योंकि 20 साल पहले मैं पता है हरेक तरह की कॉफ मिक्सचर GPs लिख लिख के देंदे रहिंदे सी ते फिर हुण ही हुण डिसाइड किया इनइफेक्टिव आ NHS लई पैसे खराब करने की गल आ तो हुण कॉफ मिक्सचर ही बंद कर दिया। डॉक्टर साहब तुसीं काफ़ी दस्सिया कि क्यों क्यों कफ हुंदी है पर कई दफ़ा कफ बंदियां दे ना इरीटेशन रहिंदी है थ्रोट दे विच। हाँ जी हाँ जी ते वो विषय रहिंदी है सालों साल महीने दे महीने। हाँ जी विषय कफ ना पे लेकिन इरीटेशन थोड़ा जिहा इदा गला साफ करदे रहिंदे हाँ जी दैट्स वो फिर आदत ही पै जांदी है क्यों इदा क्यों हुंदा वो गुड क्वेश्चन है भाजी है एक्चुअली ते वो इदा भाजी प्रॉब्लम हैगा उहनां दे गले विच रेशा डिगदी रहिंदी आ करके वो साइनस प्रॉब्लम होंदा उन्होंने एक्चुअली। अच्छा साइनस प्रॉब्लम। हाँ तो वो साइनस थोड़ी जी म्यूकस प्रोड्यूस करते हैं ना तो वो म्यूकस पे पिछले पासे गले दे है ना वो हौली हौली थले गले च डिगदा रहिंदा है तो उन्हें फिर इरीटेशन होंदी रहिंदी गले विच उहदे नाल भी खंघ कईयों नूं आउंदी रहिंदी है। हाँ जी उन्होंने पता नहीं लगता भी साडे गले विच डिग रही रेशा पर वो गले दा इलाज करी जांदे वो ठीक नहीं हुंदा। हाँ जी उन्हें खंघ आउंदी रहिंदी है सो दैट्स वन ऑफ द कॉजेज ऑफ कॉफ। तो इहदा इलाज की ਇਹਦਾ ਇਲਾਜ ਪੇ ਸਾਈਨਸ ਨੂੰ ਟ੍ਰੀਟ ਕਰਨਾ ਪੈਂਦਾ ਹੈ ਸਾਈਨਸ ਨੂੰ। ਹਾਂਜੀ ਕੀ ਬਾਤ ਹੈ ਕੀ ਬਾਤ ਸੋ ਅਨਯੂਜ਼ੂਅਲ ਜਿਹਾ ਕੌਜ਼ ਹੈਗਾ ਤੇ ਇਹ ਇੱਕ ਹੈਗਾ ਭਈ ਉਹਨਾਂ ਦੇ ਗਲੇ ਵਿੱਚ ਇਰੀਟੇਸ਼ਨ ਹੁੰਦੀ ਆ ਐਸਿਡ ਰੀਫਲਕਸ ਕਰਕੇ ਜਾਂ ਆਪਾਂ ਸਟਮਕ ਦਾ ਪ੍ਰੋਗਰਾਮ ਕੀਤਾ ਸੀ ਨਾ ਭਈ ਉਹ ਕਈ ਵਾਰੀ ਜਿਹੜਾ ਵਾਲਵ ਆ ਹੈ ਨਾ ਸਟਮਕ ਦਾ ਉਹ ਰਿਲੈਕਸ ਹੋ ਜਾਂਦਾ ਹੈ ਤਾਂ ਉਹ ਫਿਰ ਜਿਹੜੇ ਕੰਟੈਂਟਸ ਸਟਮਕ ਦੇ ਉੱਤੇ ਨੂੰ ਵਾਪਸ ਆਉਂਦੇ ਰਹਿੰਦੇ ਆ ਐਸਿਡ ਅਤੇ ਕਈਆਂ ਨੂੰ ਤਾਂ ਪਤਾ ਲੱਗ ਜਾਂਦਾ ਕਰਕੇ ਉਹਨਾਂ ਦੀ ਜਲਣ ਹੁੰਦੀ ਆ ਕਈਆਂ ਨੂੰ ਨਹੀਂ ਪਤਾ ਲੱਗਦਾ ਉਹਨੂੰ ਸਾਇਲੈਂਟ ਰੀਫਲੈਕਸ ਕਹਿੰਦੇ ਆ ਅਤੇ ਉਹ ਗਲੇ ਵਿੱਚ ਲੱਗਦਾ ਕਿ ਫਿਰ ਉਹਨਾਂ ਦੀ ਇਰੀਟੇਸ਼ਨ ਹੁੰਦੀ ਉਹਦੇ ਨਾਲ ਵੀ ਖੰਘ ਆਉਂਦੀ ਰਹਿੰਦੀ ਆ। ਡਾਕਟਰ ਇਹ ਕਈ ਦਫ਼ਾ ਬੰਦੇ ਨੇ ਪਤਾ ਨਹੀਂ ਹੁਣ ਨਾਲੀਆਂ ਤੰਗ ਹੋ ਜਾਂਦੀਆਂ ਕਿ ਲੋਕਾਂ 'ਚ ਬੜੀ ਬਹੁਤ ਦਫ਼ਾ ਕਾਫ਼ੀ ਉਹਨਾਂ ਨੂੰ ਬੁਰਕੀ ਨਾ ਰੁਕ ਜਾਂਦੀ ਹੈ ਸਟੱਕ ਹੋ ਜਾਂਦੀ ਹੈ ਅਤੇ ਉਹਦੇ ਨਾਲ ਫਿਰ ਨੈਚੁਰਲੀ ਉਹ ਵੀ ਡੇਂਜਰ ਅਤੇ ਹੱਥੋਂ ਆ ਜਾਂਦਾ ਹੈ ਅਤੇ ਉਹ ਇੱਦਾਂ ਕਿਉਂ ਹੁੰਦਾ ਵਾਈ ਡਸ ਦੈਟ ਹੈਪਨ। ਹਾਂਜੀ ਉਹ ਰੇਸ਼ਾ ਕਈ ਵਾਰੀ ਇੰਨੀ ਗਾੜੀ ਬਣ ਜਾਂਦੀ ਹੈ ਉਹ ਸਟੱਕ ਹੋ ਜਾਂਦੀ ਹੈ ਨਾ ਅੱਛਾ ਅਤੇ ਉਹ ਲੂਸਨ ਅਪ ਨਹੀਂ ਹੁੰਦੀ ਹੈਗੀ
ਸੋ ਉਹਨਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਲੋਕਾਂ ਨੂੰ, ਅਤੇ ਖਾਸ ਕਰਕੇ ਜਿਹੜੇ ਸਮੋਕਰਸ ਆ ਨਾ, ਸਮੋਕ ਕਰਦੇ ਆ, ਉਹਨਾਂ ਦੇ ਅੰਦਰ ਰੇਸ਼ਾ ਬਹੁਤ ਬਣਦੀ ਆ, ਕਰਕੇ ਉਹ ਜਿਹੜਾ ਧੂੰਆਂ ਆ ਇਹ ਇਰੀਟੈਂਟ ਆ, ਹੈ ਨਾ, ਅਤੇ ਫੇਫੜੇ ਨੂੰ ਉਹ ਇਰੀਟੇਸ਼ਨ ਕਰਕੇ ਉਹ ਫਿਰ ਮਿਊਕਸ ਪ੍ਰੋਡਿਊਸ ਕਰਨ ਲੱਗ ਪੈਂਦੇ ਆ, ਅਤੇ ਉਹ ਰੇਸ਼ਾ ਫਿਰ ਕਈ ਵਾਰੀ ਗਾੜੀ ਬਣ ਜਾਂਦੀ ਆ, ਅਤੇ ਉਹ ਸ਼ਿਫਟ ਨਹੀਂ ਹੁੰਦੀ, ਹਾਂਜੀ, ਫਿਰ ਉਹਦੇ ਨਾਲ ਉੱਥੇ ਵੀ ਆ ਸਕਦਾ ਆ। ਅਤੇ ਬਾਕੀ ਹੋਰ ਖਾਸ ਕਰਕੇ ਕੇਅਰਫੁਲ ਹੋਣਾ ਪੈਂਦਾ, ਡੇਂਜਰ ਸਾਈਨ ਵੀ ਹੁੰਦੇ ਕਈ, ਵੀ ਜਿਹੜੀ ਖੰਘ ਨਹੀਂ ਹਟਦੀ ਹੈਗੀ, ਅਤੇ ਉਹਦਾ ਟੈਂਪਰੇਚਰ ਮਰੀਜ਼ ਨੂੰ ਹੋਈ ਜਾਣਾ, ਵਾਰ ਵਾਰ ਹਾਈ ਟੈਂਪਰੇਚਰ ਹੋਈ ਜਾਣਾ, ਹਾਂਜੀ, ਜਾਂ ਕਿ ਜਦੋਂ ਉਹਨੇ ਕੌਫ ਕਰਨਾ ਵਿੱਚੋਂ ਬਲੱਡ ਨਿਕਲਣਾ, ਸੋ ਇੱਦਾਂ ਦੇ ਡੇਂਜਰ ਸਾਈਨਸ ਹੁੰਦੇ ਆ, ਅਤੇ ਉੱਥੇ ਬਚਣਾ ਪੈਂਦਾ, ਵੀ ਕੋਈ ਸੀਰੀਅਸ ਗੱਲ ਤਾਂ ਨਹੀਂ ਹੈਗੀ, ਹੈ ਨਾ। ਅਤੇ ਜੇ ਉਹ ਵਾਰ ਵਾਰ ਟੈਂਪਰੇਚਰ ਹੋਈ ਜਾਂਦਾ, ਇਹਦਾ ਮਤਲਬ ਹੋ ਸਕਦਾ ਵੀ ਤੁਹਾਨੂੰ ਨਿਮੋਨੀਆ ਵੀ ਹੋ ਸਕਦਾ, ਹੈ ਨਾ, ਅਤੇ ਨਿਮੋਨੀਆ ਤੁਹਾਨੂੰ ਪਤਾ ਇਹ ਬੜਾ ਖਤਰਨਾਕ ਚੀਜ਼ ਆ, ਅਤੇ ਇਹਦੀ ਇਮੀਡੀਏਟ ਟ੍ਰੀਟਮੈਂਟ ਚਾਹੀਦੀ ਆ ਵਿਦ ਐਂਟੀਬਾਇਓਟਿਕਸ, ਹਾਂਜੀ। ਅਤੇ ਇੱਦਾਂ ਦੇ ਹੈਵ ਟੂ ਬੀ ਕੇਅਰਫੁਲ, ਵੀ ਜਿਹੜੀ ਖੰਘ ਨਹੀਂ ਹਟਦੀ ਹੈਗੀ, ਹਰੇਕ ਨੂੰ ਚੈੱਕ ਕਰਾਉਣਾ ਚਾਹੀਦਾ ਜੇ 3-4 ਹਫ਼ਤੇ ਲੰਘ ਜਾਂਦੇ ਆ, ਵੀ ਹੋਰ ਕੋਈ ਵਜ੍ਹਾ ਵੀ ਹੋ ਸਕਦੀ ਸੀਰੀਅਸ, ਹਾਂਜੀ। ਅਤੇ ਬੜੇ ਰੇਅਰ ਕੇਸ ਹੁੰਦੇ ਇੱਦਾਂ ਦੇ, ਪਰ ਉਹ ਫਿਰ ਵੀ ਤੁਹਾਨੂੰ ਕੇਅਰਫੁਲ ਹੋਣਾ ਪੈਂਦਾ, ਕਿਸੇ ਦੇ ਲੰਗਸ ਵਿੱਚ ਟਿਊਮਰ ਹੋ ਜਾਂਦਾ ਆ, ਹਾਂਜੀ, ਅਤੇ ਇੱਦਾਂ ਦੇ ਜਾਂ ਕੋਈ ਸੀਰੀਅਸ ਇਨਫੈਕਸ਼ਨ ਹੋ ਜਾਂਦਾ। ਅਤੇ ਬਾਕੀ ਹੈਗਾ ਵੀ ਤੁਹਾਨੂੰ ਕੇਅਰਫੁਲ ਹੋਣਾ ਪੈਂਦਾ, ਵੀ ਤੁਸੀਂ ਇੰਨਾ ਡਰਨਾ ਵੀ ਨਹੀਂ ਗਾ, ਹਾਂਜੀ, ਕਿਉਂਕਿ ਲੋਕ ਐਵੇਂ ਡਰਨ ਲੱਗ ਪੈਂਦੇ ਕਈਆਂ ਨੂੰ, ਹੈ ਨਾ, ਡਰ ਪੈ ਜਾਂਦਾ ਵੀ ਸਾਡੇ ਪਤਾ ਨਹੀਂ ਕੀ ਹੋ ਗਿਆ, ਅਤੇ ਉਹਦੇ ਨਾਲ ਫਿਰ ਤੁਹਾਡੀ ਹੋਰ ਸਿਹਤ ਖਰਾਬ ਹੋ ਸਕਦੀ ਆ। ਪਰ ਸੈਂਸੀਬਲ ਥਿੰਗ ਇਜ਼ ਵੀ ਜੇ ਉਹ ਤੁਹਾਡੀ ਬਿਮਾਰੀ ਨਹੀਂ ਹਟਦੀ ਹੈਗੀ, ਉਹਦਾ ਚੈੱਕਅਪ ਕਰਾ ਲਓ, ਹਾਂਜੀ, ਅਤੇ ਚੈੱਕਅਪ ਕਰਾਉਣ 'ਚ ਕੋਈ ਹਰਜ ਨਹੀਂ ਗਾ। ਡਾਕਟਰ ਸਾਹਿਬ, ਹੁਣ ਜਿਹੜੀ ਡਰਾਈ ਕਫ ਹੈਗੀ ਆ, ਇੱਕ ਚੈਸਟ ਕਫ ਹੈਗੀ ਆ, ਡਰਾਈ ਕਫ ਇਜ਼ ਨੋਟ ਦੈਟ ਡੇਂਜਰਸ ਕਿ ਜਿੰਨੀ ਚੈਸਟ ਕਫ ਹੁੰਦੀ ਹੈ, ਕਿ ਦੋਨੇ ਹੀ ਡੇਂਜਰ ਹੁੰਦੀਆਂ ਨੇ? ਇਹ ਡੇਂਜਰ ਨਹੀਂ ਭਾਅ ਜੀ, ਇੱਦਾਂ ਵੀ ਇਟਸ ਕੈਨ ਬੀ ਐਗਜ਼ੋਸਟਿੰਗ, ਹੈ ਨਾ, ਬੰਦੇ ਨੂੰ ਜਿਹੜੀ ਖੰਘ ਆਈ ਜਾਂਦੀ ਆ, ਉਹ ਟਾਇਰਡ ਹੋ ਜਾਂਦਾ, ਖੰਘ ਖੰਘ ਕੇ ਛਾਤੀ ਵੀ ਦੁਖਣ ਲੱਗ ਪੈਂਦੀ ਆ, ਹਾਂਜੀ। ਸੋ ਇਹ ਤੁਹਾਡੇ ਜਿਹੜੀਆਂ ਪਸਲੀਆਂ ਆ, ਇਹਨਾਂ ਦੇ ਵਿਚਾਲੇ ਮਸਲਸ ਹੁੰਦੇ ਆ, ਤਾਂ ਉਹ ਸਟ੍ਰੇਨ ਹੋ ਜਾਂਦੇ ਕਈ ਵਾਰੀ, ਅਤੇ ਤੁਸੀਂ ਥੱਕ ਜਾਂਦੇ, ਖੰਘ ਖੰਘ ਕੇ ਵੀ ਥੱਕ ਸਕਦੇ ਆ। ਹਾਂਜੀ, ਬਹੁਤ ਬੁਰੀ ਹੈ, ਮੇਰਾ ਕੋਈ ਹੈ ਜਾਣ ਪਛਾਣ ਵਾਲਾ, ਹਾਂਜੀ, ਬਹੁਤ ਬੁਰੀ, ਉਹਦੇ ਇਨਹੇਲਰ ਰੱਖਿਆ, ਫਿਰ ਉਹ ਲੈਣਾ ਪੈਂਦਾ ਉਹਨੂੰ, ਹਾਂਜੀ ਹਾਂਜੀ, ਉਹਦਾ ਫਰਕ ਪੈਂਦਾ ਹੈ। ਯੈਸ, ਸੋ ਕੋਈ ਨਾ ਕੋਈ ਹਿੱਲਾ ਤਾਂ ਚਾਹੀਦਾ ਹੀ ਆ, ਕਿਉਂਕਿ ਜਿਹੜੀ ਐਗਜ਼ੋਸਟਿੰਗ ਕੌਫ ਆ ਨਾ, ਅਤੇ ਉਹਨਾਂ ਬਸ ਕਰਾਉਣ ਦੀ ਬੰਦੇ ਦੀ, ਸੋ ਇਹਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ। ਅਤੇ ਅਸੀਂ ਕਈ ਕਈ ਕੇਸ ਇੱਦਾਂ ਠੀਕ ਕੀਤੇ, ਬਹੁਤ ਪੁਰਾਣੇ ਕੇਸ, ਜਿੱਦਾਂ ਤੁਸੀਂ ਦੱਸਿਆ ਸੀ ਤੁਹਾਡੇ ਫਰੈਂਡ ਨੂੰ, ਹੋਰ ਕੋਈ ਦਵਾਈ ਨਾਲ ਫਰਕ ਨਹੀਂ ਸੀ ਪੈਂਦਾ, ਹੈ ਨਾ, ਇੱਦਾਂ ਹੀ ਉਹਨੇ ਵੀ ਚੈੱਕਅਪ ਵੀ ਕਰਾਇਆ, ਉਹਨਾਂ ਦਾ ਕੋਈ ਖਾਸ ਰੀਜ਼ਨ ਨਾ ਸੀ ਨਿਕਲਦਾ, ਪਰ ਇੱਥੇ ਫਿਰ ਵੀ ਹੋਮਿਓਪੈਥਿਕ ਦਵਾਈ ਕਈ ਵਾਰੀ ਕਾਮਯਾਬ ਹੋ ਜਾਂਦੀ ਹੈ, ਅਤੇ ਜ਼ਰੂਰੀ ਨਹੀਂ ਹੈਗਾ ਵੀ ਉਹਦਾ ਕੋਈ ਕੋਜ਼ ਹੋਵੇ। ਅਤੇ ਇੱਦਾਂ ਦਾ ਇੱਕ ਕੇਸ ਸਾਡੇ ਕੋਲ ਆਇਆ ਸੀ, ਲੇਡੀ ਦਾ, ਗੋਰੀ ਦਾ, ਅਤੇ ਉਹਦੇ ਜੀ ਪੀ ਨੇ ਰਿਫਰ ਕੀਤਾ ਸੀ, ਉਹਦੇ ਲੱਤਾਂ ਵਿੱਚ ਪੇਨ ਹੋ ਰਿਹਾ ਸੀ, ਅਤੇ ਉਹਨੇ ਟੈਸਟ ਕੀਤੇ ਸਾਰੇ, ਕੁਛ ਨਹੀਂ ਲੱਭਿਆ, ਅਤੇ ਉਹ ਫਿਰ ਜਦ ਸਿਮਟਮ ਉਹਦੇ ਲਏ ਅਸੀਂ, ਉਹ ਕਹਿੰਦੀ ਵੀ ਜਦੋਂ ਮੈਂ ਨੱਪਦੀ ਹਾਂ ਜਾਂ ਮਸਾਜ ਕਰਦੀ ਹਾਂ ਲੱਤ ਨੂੰ, ਤਾਂ ਉਹ ਪੇਨ ਥੋੜ੍ਹਾ ਜਿਹਾ ਘੱਟ ਜਾਂਦਾ ਆ, ਜਾਂ ਮੈਂ ਸੇਕ ਦਿੰਦੀ ਲੱਤਾਂ ਨੂੰ ਤਾਂ ਪੇਨ ਘੱਟ ਜਾਂਦਾ। ਸੋ ਉਹਦਾ ਕੋਜ਼ ਤਾਂ ਪਤਾ ਨਹੀਂ ਸੀਗਾ, ਕਰਕੇ ਕੋਈ ਟੈਸਟ ਉਹਦਾ ਪੋਜ਼ਿਟਿਵ ਆਇਆ ਨਹੀਂ ਸੀਗਾ, ਅਸੀਂ ਉਹ ਸਿਮਟਮ 'ਤੇ ਬੇਸ ਕਰਕੇ ਦਵਾਈ ਦਿੱਤੀ, ਹੋਮਿਓਪੈਥਿਕ ਦਵਾਈ, ਉਹਦੇ ਨਾਲ ਉਹ ਠੀਕ ਹੋ ਗਈ ਵਿਚਾਰੀ, ਯਾ ਆਫਟਰ ਸਫਰਿੰਗ ਫੋਰ ਮੈਨੀ ਮੈਨੀ ਈਅਰਸ, ਹਾਂਜੀ, ਅਤੇ ਉਹ ਠੀਕ ਹੋ ਗਈ। ਸੋ ਇਹ ਹੋਮਿਓਪੈਥੀ ਦਾ ਚਮਤਕਾਰ ਹੈ। ਡਾਕਟਰ, ਜਿਹੜੀ ਹੁਣ ਕਫ ਦੀ ਗੱਲ ਬੜੀ ਇੰਟਰਸਟਿੰਗ ਹੈਗੀ ਹੈ, ਜੇ ਮੈਂ ਕੈਟਾਗਰਾਈਜ਼ ਕਰਾਂ ਏਜ ਦੇ ਮੁਤਾਬਿਕ, ਛੋਟੇ ਬੱਚਿਆਂ ਨੂੰ ਬੜੀ ਇਹਦੀ ਸ਼ਿਕਾਇਤ ਰਹਿੰਦੀ ਹੈ, ਤਕਰੀਬਨ 8-10-12 ਸਾਲ ਤੱਕ ਉਹਨਾਂ ਨੂੰ ਰਹਿੰਦੀ ਹੈ। ਫਿਰ ਜਦੋਂ ਤੁਸੀਂ ਅਡਲਟ ਹੋ ਜਾਂਦੇ ਹੋ, ਥੋੜ੍ਹਾ ਟੀਨੇਜ ਤੋਂ ਬਾਅਦ 25-30 ਸਾਲ, ਫਿਰ ਇੰਨੀ ਸ਼ਿਕਾਇਤ ਨਹੀਂ ਹੁੰਦੀ। ਫਿਰ ਤੁਸੀਂ ਜਦੋਂ ਓਲਡ ਏਜ ਚਲੇ ਜਾਂਦੇ ਹੋ, ਜ਼ਰਾ 45-50 ਦੇ ਉੱਪਰ, ਫਿਰ ਆ ਜਾਂਦੇ ਹੋ, ਇਹ ਕਿਉਂ ਇੱਦਾਂ ਫਰਕ ਕਿਉਂ ਪੈਂਦਾ ਹੈ? ਸੋ ਛੋਟੀ ਉਮਰ 'ਚ, ਬਚਪਨ ਵਿੱਚ ਇੱਦਾਂ ਹੈ ਵੀ ਤੁਹਾਡਾ ਜਿਹੜੀ ਬੋਡੀ ਆ, ਹੈ ਨਾ, ਉਹ ਇਮਿਊਨ ਸਿਸਟਮ ਤੁਹਾਡਾ ਡਿਵੈਲਪ ਹੋ ਰਿਹਾ, ਅਤੇ ਉਹ ਫਿਰ ਹੋਰ ਹੋਰ ਵਾਇਰਸ ਆਉਂਦੇ ਆ, ਡਿਫਰੈਂਟ ਬੈਕਟੀਰੀਆ ਆਉਂਦੇ ਆ, ਹਾਂਜੀ, ਅਤੇ ਉਹ ਇਨਫੈਕਸ਼ਨ ਹੋਏ ਰਹਿੰਦੇ ਬਚਪਨ ਵਿੱਚ, ਅਤੇ ਇਸ ਕਰਕੇ ਵੀ ਤੁਹਾਡਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਹੁੰਦਾ ਆ, ਹਾਂਜੀ, ਜਦੋਂ ਉਹ ਕਿਸੇ ਨਾਲ ਮੁਕਾਬਲਾ ਕਰਦਾ ਬੈਕਟੀਰੀਆ ਨਾਲ ਜਾਂ ਵਾਇਰਸ ਦੇ ਨਾਲ, ਉਹ ਇਮਿਊਨ ਸਿਸਟਮ ਹੋਰ ਚੁਸਤ ਹੋ ਜਾਂਦਾ ਆ, ਹੋਰ ਸਟਰੋਂਗ ਹੋ ਜਾਂਦਾ, ਹਾਂਜੀ, ਸੋ ਹੌਲੀ ਹੌਲੀ ਉਹ ਸਟਰੋਂਗ ਹੋ ਜਾਂਦਾ। ਫਿਰ ਜਦ ਤੁਸੀਂ ਐਡਲਟ ਹੋ ਜਾਂਦੇ ਆ, ਫਿਰ ਬੈਕਟੀਰੀਆ ਦਾ ਕੋਈ ਵਾਇਰਸ ਆਉਂਦਾ, ਅਤੇ ਤੁਹਾਡਾ ਇਮਿਊਨ ਸਿਸਟਮ ਪਹਿਲਾਂ ਹੀ ਉਹਨੂੰ, ਹੈ ਨਾ, ਪਕੜ ਲੈਂਦਾ, ਸੋ ਸਟਰੋਂਗ ਹੁੰਦਾ ਹੋਇਆ। ਅਤੇ ਜਦੋਂ ਤੁਸੀਂ ਸਿਆਣੇ ਹੋ ਜਾਂਦੇ ਆ, ਫਿਰ ਤੁਹਾਡੀ ਵਾਈਟੈਲਿਟੀ ਥੋੜ੍ਹੀ ਜਿਹੀ ਘਟਣ ਲੱਗ ਪੈਂਦੀ ਆ, ਹਾਂਜੀ, ਤੁਹਾਡੀ ਜਿਹੜੀ ਜੀਵਨ ਸ਼ਕਤੀ ਆ ਉਹ ਘਟਣ ਲੱਗ ਪੈਂਦੀ ਆ, ਐਨਰਜੀ, ਅਤੇ ਫਿਰ ਤੁਹਾਡਾ ਇਮਿਊਨ ਸਿਸਟਮ ਫਿਰ ਕਮਜ਼ੋਰ ਹੋਣ ਲੱਗ ਪੈਂਦਾ, ਇਸ ਕਰਕੇ ਫਿਰ ਤੁਹਾਨੂੰ ਈਜ਼ੀਲੀ ਦੁਬਾਰਾ ਇਨਫੈਕਸ਼ਨ ਹੋ ਜਾਂਦੇ ਆ। ਅਤੇ ਬਾਕੀ ਹੋਰ ਪੋਲਿਊਸ਼ਨ ਦੀ ਗੱਲ ਵੀ ਬਹੁਤ ਹਨ, ਜਿੱਦਾਂ ਆਪਾਂ ਦੱਸਿਆ ਸੀ ਵੀ ਟੋਕਸਿਨਸ ਬਹੁਤ ਆ,
वो थोड़ी बॉडी में हौली हौली जमा हो जाते टॉक्सिनस ओवर द ईयरस, हाँ जी। सो वो एक लैवल पर आ जाते फिर थोड़ी बॉडी जी कोप नहीं करती हैगी, हाँ जी, सेहत खराब होने लग पैंती है तो फिर तुम्हें ईजली इनफेक्शन हो सकता है। दैट्स द रीजन। पर डॉक्टर डाइट का भी बड़ा ख्याल रखना पैदा। हाँ, दैट्स राइट। सो जिदा थोड़ी उम्र बढ़ती जाती है तो डाइट का ज़्यादा ख्याल रखना चाहिए, हाँ जी। सो फ्रैश फूड्स खाओ, विटामिन मिनरल्स जरूर लो, तो अपनी जी एनर्जी है वनू चुस्त रखो, तो वाइटैलिटी डाउन ना हो दो, हाँ जी। एक्सरसाइज भी चाहिए है, जो सारा दिन बैठे रहने एक थान तो थोड़ी वाइटैलिटी तो डाउन होनी है, हाँ जी। जे थोड़ी जी सैर कर जाने फ्रैश एयर लें तो वाइटैलिटी थोड़ी चंकी रहेगी। प्लीज़ वॉच कर दो, मैं हमेशा कह रहा सू टाइम इजाजत नहीं दिता, थोड़ी ब्रेक लैनी पेगी, थोड़ी भी इजाजत लें अस ब्रेक ले लें। मैं नहीं कहंगा डॉक्टर सामने कि जाओ तुम चाह का कप बना लो, डॉक्टर जी ने बाद मैं कह दे रहा कि तू एक सिक्ख्या दे रहा लोगों यू नो, जी बंद चाह की आदत होंगी है, बंद आदत पी मेरा सिर हट जाएगा, वो तो डॉक्टर साहब बंदा नहीं हटता क्योंकि जब तक चाह नहीं पीता। चलो अच्छी छोटी जी ब्रेक लें, प्लीज़ डोंट गो टू फार, हूँ ही वापस आने थोड़े पास। सत श्रीकाल जी। बोले सोने हाल सास भी अकाल। वेलकम बैक इन द सेकंड पार्ट। अगर तुम हमने देखना शुरू किया मेरे डॉक्टर राज बेंस, अज इस कफ बारे गल करते हैं, बड़ा इंट्रस्टिंग, बड़ी आम बच्चों शिकायत रहती है, बजुर्गों भी रही है, असं वो बारे चर्चा करते पे। और तुम कॉल करना 01215511001 से कॉल करके अगर तुम उतो नंबर ला सकते हो डॉक्टर ना गल कर, शो च गल करनी तो उन्होंने कॉल सेंटर दस दो तो सू कॉल इतने थोड़ा लगा देंगे। थैंक यू, मैं उम्मीद रखता तुम प्रोग्राम देखोगे। डॉक्टर साहब हम जो कई बजुर्ग होंगे ने एवरी फ्यू मिनट इदा करने की बड़ी, वो क्यों इदा होंगे, आदत होंगी कि कुछ उन्होंने इदा करना कॉम्फर्ट मिलती है? आदत भी पै जाती है। आदत भी, हाँ जी, आदत भी पै जाती है, कई लोगों की आदत पै जाती है। तो कई लोगों के जिदा आप कहने पोस्ट नेजल ड्रिप होंगे आ, वह रेशा उन्होंने बनती रही है, ज छाती चो आती रही उत्ती रेशा गले च, हाँ जी, जा फिर साइनस बच्चों गले डिगदी रही हौली हौली ड्रिप होंगी रही रेशा, तो ये करके फिर उन्होंने साफ करना ही पैंता गला। पर कई हैबिट भी पै जाती थोड़ी जी इदा करने, घड़ी कबार थोड़ी जी करी जाना इदा, हाँ जी, हाँ जी, जी कई होंदा जो थोड़ी जी स्ट्रैस होंगी है ना, स्ट्रैस ना भी उन्होंने रिएक्शन होंगे भी थोड़ी जी गला साफ कर, हाँ जी, तो स्ट्रैस ना भी इदा हो जाता, हैबिट पै जाती है। बड़े तरह तरह के इलाज ने, प्लीज़ कॉल करके पता करो। डॉक्टर साहब एक मैं कल परसों किसी ने जो बड़ा अच्छा लगे मैं जरूर सुनाना चाहूँगा, बहुत इंट्रस्टिंग से, वो लेडी ना अपने हस्बैंड ने डॉक्टर पास लैके जाती है तो कहती जी रात को ना सुते पे बोलते बहुत है, यदा कुछ इलाज दसो, वो कहना इन दिन बोलन दे थोड़ी बहुत गल करी भी हासे मखौल थोले टाइम पास हो। चलो सी पहले कॉल ले लिए। हेलो जी, सत श्री अकाल। सत श्री अकाल जी। जी स्वागत करते हैं, अपना नाम दसना चाहोगे? हां जी, मेरा नाम परमजीत आ। परमजीत, तुसी बोलोगे ते डॉक्टर जी सीधा तुमने जवाब देंगे। हां जी, हां जी, हां जी, बोलो जी। हां जी, सत श्री अकाल डॉक्टर जी। सत श्री अकाल जी। हां जी डॉक्टर जी, मेरा है ना गोड़ा बहुत दुखदा है ना। हाँ जी भैन जी, कोई एक्सरे वगैरह टेस्ट वगैरह कराया कोई? हाँ जी, उन्होंने है ना हुण मैनूं कहता कहिंदा तेरा ऑपरेशन होऊगा कि मेरे है ना गोडे दे विच आर्थराइट आ हो कहिंदे। हाँ जी, हाँ जी, फिर नाले है ना जिद्दां मेरे गोडे चो कहिंदे बेल नहीं हैगा तेरे गोडे दे विच, जिद्दां मेरा गोडा नाल घिसरदा इदां इक दूए दे, ओह कहिंदे थोड़ा जिहा बेल होना चाहीदा ना मिडल दे विच। हाँ जी, हाँ जी, ते कड़क कड़क करदा गोडा। हाँ, इह फिर बहुत चिरां दा होणा तुहानूं प्रॉब्लम। हाँ जी, हाँ जी, कार्टिलेज हौली हौली घसदा रहिंदा आ, ते जदों फिनिश हो जांदा फिर हड्डियां एक दूए दे नाल लग के रगड़न लग पैंदियां, फिर जदों भी तुसीं तुरदे आ फिर तुहाडी तकलीफ हुंदी आ।
ज्वाइंट घस चुका है ना, तो एदा इलाज उन्हें यही दसना पे हुण तुसीं इहनू रिप्लेसमेंट नहीं करा लो है ना, आर्टिफिशियल गोडा इहदा जॉइंट जिहड़ा पा देंदे आ। ते बाकी जे तुसीं इहदा इलाज करवाउणा तां इह थोड़ी जिहा हुण करके लम्मा टाइम हो गया ना, इहदा मुश्किल हो जांदा इलाज करना, ते इहदा टाइम काफ़ी लग जांदा है। क्योंकि सप्लीमेंट्स हैगे आ कई जिहड़े कार्टिलेज नूं दुबारा जनरेट कर देंदे आ, ते पर तुहाडा लगदा पई तुहाडा स्टेज जिहड़ा उह काफ़ी एडवांस हो चुका है जी, सो इहदा घट चांस आ इहदा दुबारा ठीक होण दा। हाँ जी फिर भी तुसी खुल के ना अच्छी तरह गल करो, तो डॉक्टर जी शायद ट्राई करके कोशिश कर सकते कि जो फर्क पै जाए डॉक्टर साहब को पता नहीं होता मेरे हो सकती है। हाँ जी असं सुजैसट कर सकते हैं कई सप्लीमेंट ट्राई कर लैन, उन्होंने थोड़ा जहा आराम मिल सकता है। अगर जो थोड़ी दिक्कत है कि तुम ऑपरेशन नहीं जाना चाहते, आई थिंक फिर मेडिकेशन थोड़े महीना दो महीने ट्राई करके देखो, नहीं फिर एंड ऑपरेशन ही ऑल्टरनेटिव है को तो कर दे। वो तो है ही नहीं गा, ऑल्टरनेटिव तो वो ही है ना, एंड विच जे जे तो करवाना है उन्हीं ना तो करनी गई, उन्हीं तो कहना ही करा लो जो मर्जी है ना, ये तो थोड़ी मर्जी है पे तुम कि चेर ट्राई कर सकते हैं, थोड़ा बहुत तो तकलीफ घट जाऊगी है ना, तो जे तुम लंबा टाइम ट्रीटमेंट करवाना चाहते हैं तो हो सकता है, ਤੇ ਜੇ ਤੁਸੀਂ ਚਾਹੋਗੇ ਪੇ ਮੈਂ 2-4 ਹਫ਼ਤਿਆਂ ਵਿੱਚ ਠੀਕ ਹੋ ਜਾਵਾਂ, ਉਹ ਹੁਣ ਇਦਾਂ ਨਹੀਂ ਹੋਣਾ ਹੈ, ਫਿਰ ਤਾਂ ਆਪਰੇਸ਼ਨ ਨਹੀਂ ਹੋਏਗਾ। ਉਹ ਵੀ ਕਿਹੜਾ ਗਰੰਟੀ ਹੁੰਦੀ ਹੈ, ਉਹ ਵੀ ਕੋਈ ਗਰੰਟੀ ਨਹੀਂ, ਉਹਦੀ ਵੀ ਕਿਹੜੀ ਗਰੰਟੀ, ਕਈਆਂ ਦਾ ਆਪਰੇਸ਼ਨ ਸਹੀ ਬੰਦਾ, ਕਈਆਂ ਦਾ ਨਹੀਂ ਸਹੀ ਬੰਦਾ। ਡਾਕਟਰ ਸਾਹਿਬ ਮੈਨੂੰ ਦੱਸੋ ਇਹਦਾ ਤਾਂ ਮੇਨ ਕੋਜ਼, ਪਲੀਜ਼ ਜਦੋਂ ਅਸੀਂ ਗੱਲ ਕਰਦੇ ਨਾ ਇਹ ਇੰਪੋਰਟੈਂਟ ਹੁੰਦੀ ਗੱਲ ਕਰਨੀ, ਇਹ ਨਹੀਂ ਕਿ ਕਿਸੇ ਤੋਂ ਖਰਾਬ ਕੁਛ ਕਰਨੇ ਆ, ਵੇਟ ਜਿਹੜਾ ਹੁੰਦਾ ਐਕਸੈਸਿਵ ਗੋਡਿਆਂ 'ਤੇ ਪਾਇਆ ਉਹ ਜ਼ਿਆਦਾ ਮੇਨ ਰੀਜ਼ਨ ਹੁੰਦਾ। ਹਾਂਜੀ ਉਹ ਵਨ ਆਫ ਦਾ ਮੇਨ ਕੋਜ਼ਸ, ਵਨ ਆਫ ਦਾ ਮੇਨ ਕੋਜ਼ਸ, ਵਨ ਆਫ ਦਾ ਕੋਜ਼ਸ ਹੁੰਦਾ, ਕਿਉਂਕਿ ਗੋਡੇ ਜਿਹੜੇ ਆ ਸਾਰਾ ਬੋਡੀ ਦਾ ਭਾਰ ਗੋਡੇ 'ਚ ਆਉਂਦਾ ਨੰਬਰ ਵਨ। ਹਾਂਜੀ ਜਦੋਂ ਤੁਸੀਂ ਤੁਰਨਾ ਆ ਉਹ ਗੋਡੇ ਦਾ ਜੁਆਇੰਟ ਜਿਹੜਾ ਆ ਸਾਰਾ ਪ੍ਰੈਸ਼ਰ ਉਹੀ ਲੈਂਦਾ। ਹਾਂਜੀ ਸੋ ਉਹ ਬਿਸਾਈਡਸ ਵੇਟ ਹੁੰਦਾ, ਡਾਇਟ ਬਹੁਤ ਇੰਪੋਰਟੈਂਟ ਆ। ਹਾਂਜੀ ਜਿਹੜੀ ਐਸਿਡਿਕ ਡਾਇਟ ਆ ਉਹਦੇ ਨਾਲ ਹੈ ਨਾ ਉਹ ਕਾਰਟਲੇਜ ਘਸਣ ਲੱਗ ਪੈਂਦਾ ਹੈ, ਹਾਂਜੀ ਸ਼੍ਰਿੰਕ ਹੋਣ ਲੱਗ ਪੈਂਦਾ, ਅਤੇ ਡੀਹਾਈਡਰੇਸ਼ਨ ਵੀ ਹੋ ਜਾਂਦੀ ਹੈ ਉਹਦੀ ਕਾਰਟਲੇਜ ਦੀ, ਅਤੇ ਪਰ ਜੇ ਤੁਸੀਂ ਐਲਕਲਾਈਨ ਡਾਇਟ ਰੱਖੋਗੇ ਤਾਂ ਉਹ ਤੁਹਾਡੇ ਡੀਜੈਨਰੇਸ਼ਨ ਨਹੀਂ ਹੋਊਗਾ, ਜਿਹੜੀ ਐਸਿਡਿਕ ਡਾਇਟ ਆ ਉਹਦੇ ਨਾਲ ਜ਼ਿਆਦਾ ਡੀਜੈਨਰੇਸ਼ਨ ਹੁੰਦਾ ਬੋਡੀ ਵਿੱਚ। ਡਾਕਟਰ ਦੇਖੋ ਜਦੋਂ ਮੈਂ ਪਹਿਲੇ ਵੀ ਹਮੇਸ਼ਾ ਰਿਪੀਟ ਕਰਦਾ ਐਗਜ਼ਾਮਪਲ ਦਿੰਦਾ ਹੁੰਦਾ, ਕਾਰਜ ਜਿਹੜੇ ਮੈਨੂਫੈਕਚਰ ਕਰਦੇ ਸਸਪੈਂਸ਼ਨ ਜਿਹੜੇ ਸਪ੍ਰਿੰਗ ਹੁੰਦੇ ਆ ਉਹਦੇ 'ਤੇ ਉਹ ਦੱਸਦੇ ਕਿ ਤੁਸੀਂ ਕਿੰਨਾ ਵੇਟ ਪਾ ਸਕਦੇ ਹੋ, ਹੁਣ ਤੁਸੀਂ ਉਹਨੂੰ ਲੱਦੀ ਜਾਓਗੇ ਉਹਦਾ ਤਾਂ ਨੁਕਸਾਨ ਹੀ ਹੋਣਾ। ਹਾਂਜੀ ਉਸੇ ਤਰ੍ਹਾਂ ਇਨਸਾਨ ਦਾ ਸਿਸਟਮ ਸੇਮ ਹੀ ਹੈਗਾ ਆ, ਗੋਡਿਆਂ ਦਾ ਅਤੇ ਹੋਰ ਚੀਜ਼ਾਂ ਦਾ, ਤੁਹਾਡੇ ਆਪਣੀ ਇਮਿਊਨ ਸਿਸਟਮ ਕਿੱਦਾਂ ਦਾ, ਤੁਹਾਡੀ ਬੋਡੀ ਕਿੰਨੀ ਸਟਰੋਂਗ ਹੈਗੀ ਆ, ਤੁਸੀਂ ਕਿੰਨਾ ਭਾਰ ਚੱਕ ਸਕਦੇ ਹੋ, ਕਈ ਬੰਦਾ ਜ਼ਿਆਦਾ ਚੱਕ ਲੈਂਦੇ ਕਿ ਘੱਟ ਚੱਕ ਲੈਂਦੇ ਨੇ, ਅਤੇ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਬੋਡੀ ਨੂੰ ਪਹਿਲੇ ਤਾਂ ਸਭ ਤੋਂ ਇੰਪੋਰਟੈਂਟ ਜੇ ਗੋਡੇ ਦੁੱਖਦੇ ਮਤਲਬ ਵੇਟ 'ਤੇ ਬੰਦਾ ਧਿਆਨ ਦੇਵੇ। ਦੈਟਸ ਰਾਈਟ, ਵੈਰੀ ਇੰਪੋਰਟੈਂਟ, ਵੇਟ ਅਤੇ ਡਾਇਟ, ਅਤੇ ਉੱਦਾਂ ਦੇ ਤੁਹਾਨੂੰ ਆਈਟਮ ਚਾਹੀਦੀ ਡਾਇਟ ਵਿੱਚ, ਜਿੱਦਾਂ ਹੁਣ ਤੁਸੀਂ ਕਹਿੰਦੇ ਵੀ ਸਸਪੈਂਸ਼ਨ ਜਿਹੜਾ ਹੁੰਦਾ ਉਹਨੂੰ ਲੂਬਰੀਕੇਸ਼ਨ ਵੀ ਚਾਹੀਦਾ ਹੁੰਦਾ, ਲੂਬਰੀਕੇਸ਼ਨ ਵੀ ਚਾਹੀਦਾ ਹੁੰਦਾ, ਰਾਈਟ ਹੈ। ਹੁਣ ਤੁਸੀਂ ਜੇ ਕੋਈ ਤੁਹਾਡੇ ਓਮੇਗਾ 3 ਓਇਲ ਦੀ ਬੋਡੀ ਵਿੱਚ ਤੁਸੀਂ ਲੈਂਦੇ ਹੀ ਨਹੀਂ ਗਏ ਤਾਂ ਉਹ ਲੂਬਰੀਕੇਸ਼ਨ ਵੀ ਘੱਟ ਜਾਂਦਾ ਹੈ। ਹਾਂਜੀ ਤੁਸੀਂ ਘੇ ਬਿਲਕੁਲ ਨਹੀਂ ਖਾਂਦੇ ਹੈਗੇ, ਉਹ ਲੂਬਰੀਕੇਸ਼ਨ ਨਹੀਂ ਕਰਦਾ ਫੈਟ ਜਿਹੜਾ। ਪਰ ਡਾਕਟਰ ਮੈਨੂੰ ਇੱਕ ਗੱਲ ਦੱਸੋ ਤੁਸੀਂ, ਇੱਕ ਤਾਂ ਮੈਂ ਵੇਟ ਦੀ ਗੱਲ ਕਰਦਾ ਕਿ ਉਹਦੇ ਕਰਕੇ ਵੀ ਗੋਡੇ ਦੁਖਦੇ ਨੇ, ਲੇਕਿਨ ਇਸ ਕੰਟਰੀ 'ਚ ਮੈਂ ਬੇਸ਼ੁਮਾਰ ਲੋਕਾਂ ਨੂੰ ਸੁਣਿਆ ਤਕਲੀਫ ਹੈਗੀ ਹੈ ਗੋਡਿਆਂ ਦੀ, ਬਹੁਤ ਲੋਕਾਂ ਨੂੰ। ਰਾਈਟ, ਯਾ ਸੋ ਰੂਮਟੋਇਡ ਆਰਥਰਾਈਟਿਸ ਜਿਹੜਾ ਆ ਅਤੇ ਉਹ ਇਨਫਲਮੇਸ਼ਨ ਹੁੰਦੀ ਹੈ, ਜ਼ਿਆਦਾ ਸੋਜ ਪੈਂਦੀ ਹੈ। ਜਿਹੜਾ ਆਸਟੀਓਆਰਥਰਾਈਟਿਸ ਆ ਉਹਦੇ ਵਿੱਚ ਉਹ ਡੀਜੈਨਰੇਸ਼ਨ ਹੁਣ ਜ਼ਿਆਦਾ ਘੱਸ ਜਾਂਦੇ ਜਦੋਂ ਕਾਰਟਲੇਜ, ਸੋ ਇਹ ਦੋ ਤਰ੍ਹਾਂ ਦੇ ਆਰਥਰਾਈਟਿਸ ਆ ਇਸ ਮੁਲਕ ਵਿੱਚ ਜ਼ਿਆਦਾ, ਅਤੇ ਜ਼ਿਆਦਾ ਵੈਦਰ ਦਾ ਬਹੁਤ ਇਫੈਕਟ ਪੈਂਦਾ ਕਿ ਜਿਹੜਾ ਡੈਂਪ ਵੈਦਰ ਆ, ਬਸ ਵੀ ਠੰਡਾ ਡੈਂਪ ਵੈਦਰ ਆ ਇਹ ਰੂਮਟੋਇਡ ਆਰਥਰਾਈਟਿਸ ਲਈ ਬੈਡ ਆ। ਹਾਂਜੀ ਉਹ ਜਦੋਂ ਗਰਮ ਕੰਟਰੀ ਜਾਂਦੇ ਉਹਨਾਂ ਨੂੰ ਫਰਕ ਪੈ ਜਾਂਦਾ। ਹਾਂਜੀ ਆਸਟੀਓਆਰਥਰਾਈਟਿਸ ਜਿਹੜਾ ਇੱਥੇ ਜਿਹੜਾ ਡਾਇਟ ਆਪਾਂ ਖਾਂਦੇ ਹਾਂ ਨਾ ਫਰੈਸ਼ ਫੂਡਸ ਨਹੀਂ ਖਾਂਦੇ ਹੈਗੇ, ਉਹ ਉਸ ਕਰਕੇ ਜ਼ਿਆਦਾ ਹੁੰਦਾ। ਡਾਕਟਰ ਮੈਂ ਥੋੜ੍ਹਾ ਜਿਹਾ ਸਬਜੈਕਟ ਤੋਂ ਥੋੜ੍ਹਾ ਬਾਹਰ ਜਾਂਦਾ, ਲੇਕਿਨ ਉਹ ਵੀ ਇੰਟਰਸਟਿੰਗ ਹੈ। ਮੈਨੂੰ ਕਿਸੇ ਨੇ ਪੁੱਛਿਆ ਸੀ, ਮੈਨੂੰ ਫਿਰ ਉਹਨੇ ਮੈਸੇਜ ਭੇਜਿਆ, ਉਹਦੇ ਨਾ ਆਚਰਿਸ਼ ਦੀ ਤੁਸੀਂ ਗੱਲ ਕੀਤੀ ਨਾ, ਉਹਦੀ ਇੱਕ ਉਂਗਲੀ ਨਾ ਭਾਅ ਜੀ ਤੁਸੀਂ ਮੈਨੂੰ ਬਿਲੀਵ ਕਰੋ ਨਾ ਬਹੁਤ ਬਿੰਗੀ ਹੈ। ਅੱਛਾ, ਉੱਪਰ ਥੱਲੇ ਨਾ ਇੱਦਾਂ ਕਰਵ ਪੈਂਦਾ ਉਹਦੇ ਵਿੱਚ, ਅਤੇ ਉਹਦਾ ਕਈ ਦਫ਼ਾ ਦਿਲ ਕਰਦਾ ਕਿ ਤੁਸੀਂ ਪਕੜ ਕੇ ਉਹਨੂੰ ਸਿੱਧੀ ਕਰ ਸਕਦੇ ਹੋ, ਨਹੀਂ ਹੋ ਸਕਦੇ ਨਾ।
ਹਾਂਜੀ ਹਾਂਜੀ ਸੋ ਹੌਲੀ ਹੌਲੀ ਡੈਮੇਜ ਹੋ ਚੁੱਕੀ ਹੈ ਭਾਜੀ ਇੰਨਾ ਕਿਉਂ ਇੰਨੀ ਕਿਉਂ ਡਿਸਫਿਗਰ ਹੋ ਜਾਂਦੀ ਹੈ ਹੋ ਜਾਂਦੀ ਹੈ ਕਿਉਂਕਿ ਇਹ ਰੂਮੇਟੋਇਡ ਆਰਥਰਾਈਟਿਸ ਜਿਹੜਾ ਹੈ ਨਾ ਅਤੇ ਉਹ ਟੈਂਡਨਸ ਨੂੰ ਵੀ ਇਫੈਕਟ ਕਰਦਾ ਹੈ ਉਹ ਟੈਂਡਨਸ ਜਿਹੜੇ ਸਿੱਧੀ ਜਦੋਂ ਤੁਸੀਂ ਸਿੱਧਾ ਕਰਦੇ ਹੋ ਜਾਂ ਉਂਗਲੀ ਬੈਂਡ ਕਰਦੇ ਹੋ ਟੈਂਡਨਸ ਕਰਦੇ ਹੈ ਨਾ ਅਤੇ ਉਹਨਾਂ ਵਿੱਚ ਜਦੋਂ ਫਰਕ ਪੈ ਜਾਂਦਾ ਫਿਰ ਆਟੋਮੈਟਿਕਲੀ ਉਹ ਕੰਟਰੈਕਟ ਹੋ ਜਾਂਦੇ ਆ ਉਹ ਫਿਰ ਸਿੱਧੇ ਨਹੀਂ ਕਰ ਸਕਦੇ ਤੁਸੀਂ ਪਰ ਜੀ ਉੱਦਾਂ ਨਹੀਂ ਕਿ ਥੋੜ੍ਹੀ ਬੈਂਡ ਹੁੰਦੀ ਹੈ ਉਹਦੇ 'ਚ ਕਰਵ ਪੈ ਜਾਂਦੇ ਆ ਉੱਪਰ ਥੱਲੇ ਕਰ ਹਾਂਜੀ ਹਾਂਜੀ ਉਹੀ ਡਿਪੈਂਡ ਕਰਦਾ ਕਿੱਥੇ ਇਨਫਲੇਮੇਸ਼ਨ ਹੋਇਆ ਨਾ ਮੈਂ ਜਾਣ ਪਛਾਣ ਵਾਲਿਆਂ ਨੇ ਮੈਂ ਕੋਸ਼ਿਸ਼ ਕਰਾਂਗਾ ਫੋਟੋ ਲੈ ਕੇ ਆਵਾਂਗੇ ਤੁਹਾਨੂੰ ਦਿਖਾਉਣਾ ਕਿ ਕਿੰਨੀ ਉਹਦੀ ਡਿਸਫਿਗਰ ਹੋ ਜਾਂਦੀ ਉਂਗਲੀ ਬੜਾ ਤਰਸ ਆਉਂਦਾ ਕਿ ਬੰਦਾ ਕੋਈ ਇੱਕ ਕੱਪ ਵੀ ਨਹੀਂ ਚੱਕ ਸਕਦਾ ਉਹਦੇ ਨਾਲ ਫਿਰ ਨਾ ਉਹ ਬਿਲਕੁਲ ਡਿਸੇਬਲ ਹੋ ਜਾਂਦੀ ਉਂਗਲੀ ਦੈਟਸ ਰਾਈਟ ਚੀਜ਼ਾਂ ਚੁੱਕ ਨਹੀਂ ਸਕਦੇ ਤੁਸੀਂ ਕੋਈ ਫਾਈਨ ਚੀਜ਼ ਲਿਖਣੀ ਹੋਵੇ ਲਿਖਣੀ ਹੁੰਦਾ ਨਹੀਂ ਨਾ ਉਹ ਪੈਰ ਵੀ ਨਹੀਂ ਪਕੜ ਸਕਦੇ ਨਾ ਦੈਟਸ ਰਾਈਟ ਪਰ ਉਹਦਾ ਇਲਾਜ ਉਹਦਾ ਹੋਮਿਓਪੈਥੀ ਜੀ ਹੋਮਿਓਪੈਥੀ ਦੈਟਸ ਰਾਈਟ ਯਾ ਬਲਕਿ ਪੈਸਾ ਦਾ ਬੈਸਟ ਚਾਂਸ ਹੈ ਉਹਦਾ ਹੋਮਿਓਪੈਥਿਕ ਦਵਾਈਆਂ ਹੈ ਰੀਅਲੀ ਯਾ ਐਂਡ ਡਾਇਟ ਅਗੇਨ ਉਹਦੇ ਤੇ ਜੇ ਬੜਾ ਟਾਈਮ ਅਰਸਾ ਹੋ ਗਿਆ ਤੇ ਉਹ ਕੋਈ ਫਰਕ ਪਏਗਾ ਉਹਦਾ ਡਿਪੈਂਡਸ ਭਾਜੀ ਕਿੱਥੇ ਕਿ ਤੈਨੂੰ ਜਾ ਚੁੱਕਾ ਕੇਸ ਪਰ ਹੋਮਿਓਪੈਥੀ ਦਵਾਈ ਜ਼ਿਆਦਾ ਕਾਮਯਾਬ ਹੈ ਇੱਥੇ ਜੇ ਤੁਸੀਂ ਜੀ ਪੀ ਦੇ ਡਿਪੈਂਡ ਕਰਦੇ ਉਹਨੇ ਤੁਹਾਨੂੰ ਪੇਨ ਕਿਲਰਸ ਦੇਣੇ ਜਾਂ ਐਂਟੀ ਇਨਫਲੈਮਟਰੀ ਮੈਡੀਸਨਸ ਦੇਣੀਆਂ ਅਤੇ ਉਹਦੇ ਨਾਲ ਬਿਮਾਰੀ ਵਧਣੀ ਆ ਘਟਣੀ ਤਾਂ ਹੈ ਹੀ ਨਹੀਂ ਗੀ ਹਾਂਜੀ ਥੋੜ੍ਹਾ ਬਹੁਤ ਰਿਲੀਫ ਪੇਨ ਰਿਲੀਫ ਜ਼ਰੂਰ ਮਿਲ ਜਾਂਦਾ ਹੈ ਪਰ ਉਹ ਬਿਮਾਰੀ ਵੱਧਦੀ ਰਹਿੰਦੀ ਆ ਪਰ ਜੀ ਮੈਂ ਵੈਸੇ ਮੈਂ ਤੁਹਾਨੂੰ ਰੀਅਲੀ ਕਹਿੰਦਾ ਵੀ ਜਿਹੜਾ ਗੋਡਿਆਂ ਦਾ ਨਾ ਜਿਹਨੂੰ ਤੁਸੀਂ ਪੁੱਛ ਲਓ ਹਰ ਬੰਦੇ ਨੂੰ ਜਿਹਦਾ ਡਾਇਬੀਟੀਸ ਨਹੀਂ ਹੈਗੀ ਕਾਮਨ ਇੱਦਾਂ ਉਹ ਗੋਡਿਆਂ ਦਾ ਦਰਦ ਹੈਗਾ ਕਾਮਨ ਹੋ ਚੁੱਕਾ ਇਸ ਮੁਲਕ ਬਹੁਤ ਕਾਮਨ ਹੋ ਚੁੱਕਾ ਕਾਮਨ ਹੈ ਔਰ ਮੈਜੋਰਿਟੀ ਜਿਹਦੇ ਨਾਲ ਮੈਂ ਗੱਲ ਕਰਦਾ ਨਾ ਜਿੱਥੋਂ ਵੀ ਡਾਕਟਰ ਜੀ ਪੀ ਨੂੰ ਮਿਲ ਕੇ ਆਇਆ ਜਾਂ ਕੰਸਲਟੈਂਟ ਨੂੰ ਮਿਲ ਕੇ ਆਇਆ ਉਹਨਾਂ ਨੂੰ ਓਪਰੇਸ਼ਨ ਦਾ ਸੁਜੈਸਟ ਕੀਤਾ ਗਿਆ ਹਾਂਜੀ ਕੋਈ ਆਪਸ਼ਨ ਹੋਰ ਹੈ ਹੀ ਨਹੀਂ ਲੇਕਿਨ ਕੋਈ ਥੋੜ੍ਹਾ ਬਹੁਤਾ ਅਗਰ ਤੁਸੀਂ ਦੇਖਦੇ ਹੋ ਤੁਹਾਨੂੰ ਗੋਲਿਆਂ ਦੀ ਪ੍ਰੋਬਲਮ ਹੈਗੀ ਆ ਆਈ ਥਿੰਕ ਇਟਸ ਵਰਥ ਗਿਵ ਅ ਟ੍ਰਾਈ ਥੋੜ੍ਹਾ ਬਹੁਤਾ ਹੋਮਿਓਪੈਥੀ ਦਾ ਆਲਵੇਸ ਵਰਥ ਅ ਟ੍ਰਾਈ ਯੂ ਨੈਵਰ ਨੋ ਹਨਾ ਕਈਆਂ ਨੂੰ ਬਹੁਤ ਚਿਰਾਂ ਤੋਂ ਬਿਮਾਰੀ ਹੁੰਦੀ ਫਿਰ ਵੀ ਆਰਾਮ ਆ ਜਾਂਦਾ ਹੋਮਿਓਪੈਥੀ ਦੇ ਨਾਲ ਅਤੇ ਕਈਆਂ ਨੂੰ ਇਹ ਪਰ ਮੈਂ ਇਹੀ ਐਡਵਾਈਜ਼ ਕਰੂੰਗਾ ਵੀ ਜਿਹਨੂੰ ਬਿਮਾਰੀ ਸ਼ੁਰੂ ਹੋਈ ਉਹ ਪਹਿਲਾਂ ਫੜੋ ਉਹਨੂੰ ਪਹਿਲਾਂ ਇਲਾਜ ਕਰਾਓ ਹਾਂਜੀ ਜੇ ਤੁਸੀਂ ਪੇਨ ਕਿਲਰਸ 'ਤੇ ਡਿਪੈਂਡ ਕਰਦੇ ਆ ਤਾਂ ਉਹ ਬਿਮਾਰੀ ਵਧੀ ਜਾਣੀ ਆ ਹਟਣੀ ਨਹੀਂ ਗੀ ਹਾਂਜੀ ਅਤੇ ਉਹ ਕਈ ਹੁਣ ਉਹਨਾਂ ਜੀ ਪੀ 'ਤੇ ਡਿਪੈਂਡ ਕਰਦੇ ਨਹੀਂ ਜੀ ਇਹ ਇਲਾਜ ਚੱਲਦਾ ਜੀ ਪੀ ਇਲਾਜ ਕਰਦਾ ਹੈ ਇਲਾਜ ਉਹ ਕਰ ਨਹੀਂ ਸਕਦੇ ਤਾਂ ਹਾਂਜੀ ਐਲੋਪੈਥਿਕ ਦਵਾਈਆਂ ਦੇ ਨਾਲ ਇੱਦਾਂ ਦੀ ਬਿਮਾਰੀ ਕਿਉਰ ਨਹੀਂ ਹੋ ਸਕਦੀ ਹੈਗੀ ਸਿਰਫ ਉਹ ਤੁਹਾਨੂੰ ਐਂਟੀ ਇਨਫਲੈਮੇਟਰੀ ਦਵਾਈਆਂ ਇੱਦਾਂ ਦੀਆਂ ਦੇਣਗੇ ਜਾਂ ਸਟੈਰੋਇਡ ਸਟਰੋਂਗ ਦੇਣਗੇ ਉਹ ਜਿਹੜੀ ਸੋਜ ਆ ਉਹਨੂੰ ਸਪਰੈਸ ਕਰ ਦਿੰਦੇ ਆ ਨਾਲ ਉਹਦੇ ਖੁਦ ਸਾਈਡ ਇਫੈਕਟ ਵੀ ਹੁੰਦੇ ਆ ਹਾਂਜੀ ਉਹ ਬਿਮਾਰੀ ਜਿਹੜੀ ਆ ਅੰਦਰੋਂ ਅੰਦਰ ਉਹ ਵੱਧਦੀ ਰਹਿੰਦੀ ਆ ਡਾਕਟਰ ਸਾਹਿਬ ਹੁਣੇ ਮੈਸੇਜ ਆਇਆ ਇੱਕ ਹੋਰ ਕਿਸੇ ਭੈਣ ਨੇ ਫੋਨ ਕੀਤਾ ਨਾਮ ਨਹੀਂ ਦੱਸਿਆ ਉਹਨਾਂ ਨੇ ਅਲਮਲਾ ਤਾਂ ਉਹਨੇ ਕਿਹਾ ਕਿ ਉਹਨਾਂ ਦੀ ਟੰਗ ਦੇ ਉੱਪਰ ਨਾ ਬੈਕਟੀਰੀਆ ਅਤੇ ਉਹ ਬਰਨ ਬਹੁਤ ਕਰਦਾ ਰਹਿੰਦਾ ਅੱਛਾ ਅੱਛਾ ਜੀਭ ਦੇ ਉੱਤੇ ਜੰਮਿਆ ਹਾਂ ਯੈਸ ਸੋ ਜੀਭ ਦੇ ਉੱਤੇ ਜਿਹੜਾ ਡਿਪੋਜ਼ਿਟ ਜੰਮ ਜਾਂਦਾ ਆ ਨੋਰਮਲੀ ਹੁੰਦਾ ਵੀ ਕੋਈ ਸਟਮਕ ਪ੍ਰੋਬਲਮ ਆ ਹਾਂਜੀ ਸਟਮਕ ਦੀ ਹਾਂਜੀ ਕਈ ਵਾਰੀ ਸਟਮਕ ਪ੍ਰੋਬਲਮ ਹੁੰਦਾ ਉਹਨਾਂ ਨੂੰ ਅਤੇ ਉਹ ਐਸੀਡਿਟੀ ਕਰਕੇ ਹੈ ਨਾ ਅਤੇ ਉਹ ਜੀਭ ਦੇ ਉੱਤੇ ਜਲਣ ਹੋਣ ਲੱਗ ਪੈਂਦੀ ਆ ਕਿਉਂਕਿ ਉਹੀ ਰੀਫਲਕਸ ਆ ਰਿਹਾ ਨਾ ਰੀਫਲਕਸ ਜਦੋਂ ਉੱਤੇ ਨੂੰ ਐਸਿਡ ਆਉਂਦੀ ਆ ਉਹ ਤੁਹਾਡੇ ਗਲੇ ਵਿੱਚ ਵੀ ਲੱਗ ਸਕਦੀ ਹੈ ਜੀਭ 'ਤੇ ਵੀ ਲੱਗ ਸਕਦੀ ਆ ਕਈਆਂ ਦੇ ਉਹ ਕ੍ਰੋਨਿਕ ਹੋ ਕੇ ਦੰਦ ਵੀ ਘੱਸ ਜਾਂਦੇ ਉਹਦੇ ਨਾਲ ਰੀਅਲੀ ਯਾ ਅਤੇ ਕਈਆਂ ਦੇ ਥਰਸ਼ ਹੋ ਜਾਂਦਾ ਜੀਭ ਦੇ ਉੱਤੇ ਜਿਹੜਾ ਫੰਗਲ ਇਨਫੈਕਸ਼ਨ ਹੁੰਦਾ ਹੈ ਉਦੋਂ ਫਿਰ ਉਹ ਕਾਲੀ ਪੀਲੀ ਜਿਹੀ ਫਿਰ ਜਾਂਦੀ ਹੈ ਜੀਭ ਅਤੇ ਉਹ ਉਹਦੇ ਲਈ ਤਾਂ ਆਮ ਦਵਾਈਆਂ ਖਰੀਦ ਵੀ ਸਕਦੇ ਤੁਸੀਂ ਫਾਰਮੇਸੀ ਵਿੱਚੋਂ ਅਤੇ ਥਰਸ਼ ਨੂੰ ਕਲੀਨ ਕਰਨ ਲਈ ਪਰ ਡਾਕਟਰ ਸਾਹਿਬ ਬੜੀ ਕਮਾਲ ਦੀ ਗੱਲ ਹੈ ਦੇਖੋ ਫਿਰ ਮੈਂ ਵਾਪਸ ਉੱਥੇ ਗੱਲ ਆ ਗਈ ਕਿ ਪਲੀਜ਼ ਪ੍ਰੋਗਰਾਮ ਦੇਖਿਆ ਕਰੋ ਕਈ ਦਫ਼ਾ ਬਿਮਾਰੀ ਦਾ ਨਹੀਂ ਪਤਾ ਲੱਗਦਾ ਤੋਂ ਲੱਗਦਾ ਜੀਭ ਦਾ ਬੰਦਾ ਸੋਚ ਨਹੀਂ ਸਕਦਾ ਕਿ ਸਟਮਕ ਦੇ ਵਿੱਚੋਂ ਐਸਿਡ ਪ੍ਰੋਡਿਊਸ ਹੋ ਕੇ ਤੁਹਾਡੀ ਉਹ ਇਫੈਕਟ ਕਰਦਾ ਹੈਗਾ ਡਾਕਟਰ ਸਾਹਿਬ ਉਹਦਾ ਫਾਇਦਾ ਤਾਂ ਕੋਈ ਨਹੀਂ ਮੈਨੂੰ ਪਤਾ ਉਹਦਾ ਨੁਕਸਾਨ ਡੇਂਜਰ ਕੀ ਚੀਜ਼ ਹੈਗੀ ਉਹਦੀ ਕੋਈ ਜ਼ਬਾਨ ਦੇ ਵਿੱਚ ਤੁਸੀਂ ਬਲਰ ਕਰੋਗੇ ਉਹਦੇ ਫਰਕ ਪੈ ਸਕਦਾ ਸਪੀਚ ਵਿੱਚ ਨਹੀਂ ਇੱਦਾਂ ਫਿਰ ਜੀਭ ਤੁਹਾਡੇ ਜੇ ਜੀਭ 'ਤੇ ਇਨਫੈਕਸ਼ਨ ਵਾਰ ਵਾਰ ਆਈ ਜਾਂਦਾ ਜਾਂ ਜੀਭ ਸੁੱਜੀ ਜਾਂਦੀ ਆ ਉਹ ਫਿਰ ਤੁਹਾਡੇ ਜੇ ਟੇਸਟ ਬਡਸ ਵਗੈਰਾ ਉਹ ਵੀ ਡੀਜੈਨਰੇਟ ਹੋ ਸਕਦੇ ਹੈ ਨਾ ਐਸਿਡ ਲੱਗ ਲੱਗ ਕੇ ਅਤੇ ਇੱਦਾਂ ਹੀ ਪੇ ਤੁਹਾਡੀ ਜਿਹੜੀ ਸਾਰੇ ਟਿਸ਼ੂਜ਼ ਆ ਨੋਰਮਲੀ ਉੱਥੇ ਐਸਿਡ ਹੋਣੀ ਨਹੀਂ ਚਾਹੀਦੀ ਹੁਣ ਐਸਿਡ ਵਾਰ ਵਾਰ ਲੱਗੀ ਜਾਂਦੀ ਆ ਉਹ ਫਿਰ ਸਕਾਰ ਟਿਸ਼ੂ ਬਣ ਜਾਂਦਾ ਉੱਥੇ ਥਿਕਨਿੰਗ ਹੋ ਜਾਂਦੀ ਆ ਹਾਂਜੀ ਕੋਈ ਹੋਰ ਪ੍ਰੋਬਲਮ ਆ ਸਕਦਾ ਸੋ ਬੈਸਟ ਆ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੀ ਟ੍ਰੀਟਮੈਂਟ ਕਰਾਓ ਜ਼ਰੂਰ ਇਗਨੋਰ ਨਾ ਕਰੋ ਉਹਨੂੰ ਹਾਂਜੀ ਬਿਲਕੁਲ ਭਾਜੀ ਸਪੈਸ਼ਲੀ ਜੇ ਮੂੰਹ 'ਤੇ ਹੈਗਾ ਜ਼ੁਬਾਨ 'ਤੇ ਹੈਗਾ ਖਾਣ ਪੀਣ ਲਈ ਤਾਂ ਤਕਲੀਫ ਪਹਿਲਾਂ ਫਿਰ ਬੋਲਣ ਦੀ ਤਕਲੀਫ ਬੜਾ ਯੂ ਨੋ ਜਿਹੜੀ ਦੈਟਸ ਰਾਈਟ ਕਈਆਂ ਦੇ ਦੇਖਿਆ ਪਏ ਉਹ ਜੀਭ ਦੇ ਉੱਤੇ ਕੋਈ ਨਾ ਕੋਈ ਉਹਨਾਂ ਦੇ ਜੰਮਿਆ ਰਹਿੰਦਾ ਇਨਫੈਕਸ਼ਨ ਹੋਇਆ ਰਹਿੰਦਾ ਹੈ ਕਰਕੇ ਉਹਨਾਂ ਦਾ ਇਮਿਊਨ ਸਿਸਟਮ ਲੋਅ ਹੁੰਦਾ ਹੈ ਹਾਂਜੀ ਸੋ ਜਿਹੜੀ ਬਾਡੀ ਨੋਰਮਲੀ ਕੋਈ ਬੈਕਟੀਰੀਆ ਆਉਂਦਾ ਜਾਂ ਫੰਗਲ ਸਪੋਰਸ ਆਉਂਦੇ ਜੀਭ 'ਤੇ ਅਤੇ ਤੁਹਾਡਾ ਇਮਿਊਨ ਸਿਸਟਮ ਉਹਨੂੰ ਕੰਟਰੈਕਟ ਕਰ ਦਿੰਦਾ ਤੁਹਾਡੀ ਜੀਭ ਸਾਫ਼ ਰਹਿੰਦੀ ਆ ਅਤੇ ਕਈਆਂ ਦੇ ਉਹ ਇਮਿਊਨ ਸਿਸਟਮ ਡਾਊਨ ਹੋਇਆ ਹੁੰਦਾ ਫਿਰ ਉਹ ਈਜ਼ੀ ਉਹਨਾਂ ਦੀ ਇਨਫੈਕਸ਼ਨ ਹੋ ਜਾਂਦੀ ਫੰਗਲ ਇਨਫੈਕਸ਼ਨ ਭਾਜੀ ਬੜਾ ਦੇਖੋ ਬੜਾ ਇੰਪੋਰਟੈਂਟ ਗੱਲ ਆ ਫਿਰ ਓਨਸਟਲੀ ਮੈਂ ਵਾਰ ਵਾਰ ਕਹਾਂਗਾ ਕਿ ਜ਼ਰਾ ਸੋਚੋ ਦੇਖਿਆ ਕਰੋ
ਬੜੇ ਲੋਕ ਨੇ ਉਹਨਾਂ ਨੂੰ ਨਾ ਜੇਬ ਸਾਫ਼ ਕਰਨ ਦੀ ਆਦਤ ਪਈ ਕਿਉਂਕਿ ਰੋਜ਼ ਹੁੰਦਾ ਉਹਨਾਂ ਦੇ, ਪਰ ਉਹਨਾਂ ਨੂੰ ਲੱਗਦਾ ਮੇਰੇ ਹੁੰਦਾ ਤਾਂ ਮੈਂ ਸਾਫ਼ ਕਰਕੇ ਕੋਈ ਫਰਕ ਨਹੀਂ ਪੈਂਦਾ, ਲੇਕਿਨ ਉਹਨੂੰ ਸੀਰੀਅਸ ਨਹੀਂ ਲੈਂਦੇ ਉਹ ਗੱਲ। ਦੈਟਸ ਰਾਈਟ ਯਸ। ਸੋ ਜਿਨ੍ਹਾਂ ਨੂੰ ਰੋਜ਼ ਸਾਫ਼ ਕਰਨੀ ਪੈਂਦੀ ਹੈ ਜੀਭ, ਇਹਦਾ ਮਤਲਬ ਉਹਦਾ ਕੋਈ ਪ੍ਰੋਬਲਮ ਹੈ? ਪ੍ਰੋਬਲਮ ਹਾਂਜੀ, ਦੈਟਸ ਰਾਈਟ। ਨੋਰਮਲੀ ਜਿਹੜੀ ਤੁਹਾਡੀ ਜੀਭ ਹੈ ਸਾਫ਼ ਹੋਣੀ ਚਾਹੀਦੀ ਆ ਵਿਦਆਊਟ ਕਲੀਨਿੰਗ ਇਟ। ਹਾਂਜੀ, ਸ਼ੁੱਡ ਬੀ ਕਲੀਨ ਲੁਕਿੰਗ, ਹਾਂਜੀ, ਪਿੰਕ ਲੁਕਿੰਗ। ਪਰ ਡਾਕਟਰ, ਹੁਣ ਜੇ ਉਹ ਬੰਦਾ ਜਾਵੇ ਜੀਪੀ ਦੇ ਪਾਸ, ਤਾਂ ਕੀ ਉਹ ਕੋਈ ਕੋਈ ਡ੍ਰੌਪ ਕੋਈ ਦੇਗਾ, ਕਰੀਮ ਦੇ ਦੇਗਾ, ਪ੍ਰੈਸ਼ਰ ਜਾਂ ਦੇ ਦੇਗਾ ਲਗਾਉਣ ਨੂੰ, ਪਰ ਉਹਦਾ ਬਿਮਾਰੀ ਤਾਂ ਨਹੀਂ ਪਤਾ ਲੱਗੇਗੀ ਕਿਉਂ ਹੋ ਰਿਹਾ? ਹਾਂਜੀ, ਤਾਂ ਜੇ ਤਾਂ ਅਕਿਊਟ ਇਨਫੈਕਸ਼ਨ ਹੈਗਾ ਆ ਵੀ ਥੋੜ੍ਹੇ ਚਿਰ ਤੋਂ ਆ, ਅਤੇ ਉਹ ਤੁਹਾਨੂੰ ਕਈ ਵਾਰੀ ਨਾਈਸਟੈਨ ਓਰਲ ਡ੍ਰੌਪਸ ਦਿੰਦੇ ਆ, ਉਹ ਐਂਟੀ ਫੰਗਲ ਹੁੰਦੇ ਆ ਲਾਈਕ ਐਨ ਐਂਟੀਬਾਇਓਟਿਕ, ਹੈ ਨਾ, ਅਤੇ ਉਹਨਾਂ ਦੇ ਨਾਲ ਉਹ ਜਲਦੀ ਕਲੀਅਰ ਹੋ ਜਾਂਦੀ ਆ ਜਿਹੜੀ ਫੰਗਲ ਇਨਫੈਕਸ਼ਨ ਹੁੰਦੀ ਜੀਭ 'ਤੇ, ਅਤੇ ਉਹ ਚਲੋ ਠੀਕ ਆ, ਉਹ ਤੁਸੀਂ ਲੈ ਸਕਦੇ ਹਾਂ। ਅਤੇ ਜੇ ਪਰ ਵਾਰ ਵਾਰ ਹੋਈ ਜਾਂਦਾ, ਇਹਦਾ ਮਤਲਬ ਤੁਹਾਡੀ ਕੋਈ ਹੋਰ ਪ੍ਰੋਬਲਮ ਆ। ਹਾਂਜੀ, ਵਾਰ ਵਾਰ ਨਹੀਂ ਹੋਣਾ ਚਾਹੀਦਾ ਇਨਫੈਕਸ਼ਨ, ਜੇ ਵਾਰ ਵਾਰ ਹੋਈ ਜਾਂਦਾ ਫਿਰ ਤੁਸੀਂ ਉਹਦਾ ਕੋਈ ਡੂੰਘਾ ਇਲਾਜ ਤੁਹਾਨੂੰ ਚਾਹੀਦਾ ਹੈ, ਅਤੇ ਉਹ ਵਾਰ ਵਾਰ ਐਂਟੀਬਾਇਓਟਿਕ ਲੈਣ ਨਾਲ ਤੁਹਾਨੂੰ ਹੋਰ ਨੁਕਸਾਨ ਹੋ ਰਿਹਾ, ਕਰਕੇ ਉਹਨਾਂ ਦੇ ਵੀ ਸਾਈਡ ਇਫੈਕਟ ਹੁੰਦੇ ਆ। ਹਾਂਜੀ, ਉਹ ਤੁਹਾਡੇ ਅੰਦਰ ਹੀ ਜਾਂਦੇ ਆ ਆਫਟਰ ਆਲ, ਜੀਭ 'ਤੇ ਜ਼ਰੂਰ ਪਾਉਂਦੇ ਡ੍ਰੋਪਸ, ਪਰ ਜਦੋਂ ਤੁਹਾਡੇ ਅੰਦਰ ਚਲੇ ਜਾਂਦੇ ਆ, ਤੁਸੀਂ ਸਵਾਲੋ ਕਰ ਲੈਂਦੇ ਆ, ਉਹਨਾਂ ਦਾ ਗਾਹਾਂ 'ਤੇ ਗਾਹਾਂ ਕੋਈ ਨਾ ਕੋਈ ਸਾਈਡ ਇਫੈਕਟ ਹੋ ਸਕਦਾ ਹੈ। ਡਾਕਟਰ, ਹਰ ਜਿਹੜੇ ਆਪਣੀ ਬੋਡੀ ਦਾ ਪਾਰਟ ਹੁੰਦਾ ਨਾ, ਅਸੀਂ ਕਦੀ ਐਪਰੀਸ਼ੀਏਟ ਨਹੀਂ ਕਰਦੇ, ਹਰ ਆਪਣੇ ਪਾਰਟ ਦਾ ਕੰਮ ਹੁੰਦਾ ਇੱਕ ਨਾ ਇੱਕ। ਤੁਹਾਡੀ ਛੋਟੀ ਛੋਟੀ ਉਂਗਲੀ ਹੈਗੀ ਹੈ, ਉੱਥੇ ਤੁਸੀਂ ਪੱਟੀ ਬੰਨ੍ਹ ਲਓ ਨਾ, ਤੁਸੀਂ ਉਹਨੂੰ ਮਿਸ ਕਰਦੇ ਹੋ, ਕਿਉਂਕਿ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ। ਜਦੋਂ ਤੁਸੀਂ ਯੂਜ਼ ਕਰਦੇ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹੋ। ਹਾਂਜੀ ਹਾਂਜੀ, ਦੱਸ। ਇਹ ਨਾ ਬੜੀ ਕਮਾਲ ਦੀ ਚੀਜ਼ ਆ, ਵੀ ਡੋਂਟ ਮਿਸ ਇਟ। ਪਰ ਜਦੋਂ ਉੱਥੇ ਰੁਕਾਵਟ ਆਉਂਦੀ ਹੈ, ਤੁਹਾਡੇ ਨੱਕ 'ਤੇ ਹੋਈ, ਤੁਹਾਡੇ ਕੰਨ 'ਤੇ ਹੋਈ, ਤੁਹਾਡੀ ਜ਼ੁਬਾਨ 'ਤੇ ਹੋਈ, ਕਿਤੇ ਵੀ ਹੋਵੇ, ਇਰੀਟੇਸ਼ਨ ਹੋਵੇ, ਬੰਦਾ ਅਨੋਇਡ ਹੋ ਜਾਂਦਾ ਉਹਦੇ ਨਾਲ। ਦੈਟਸ ਰਾਈਟ ਯਾਰ। ਸੋ ਆਪਾਂ ਹੋਸ਼ ਨਹੀਂ ਸਾਨੂੰ ਹੁੰਦੀ ਹੈ ਨਾ ਵੀ ਇਕੱਲੇ ਇਕੱਲੇ ਅੰਗ ਦੀ ਵੀ ਕਿੱਦਾਂ ਇਹ ਚੱਲ ਰਹੇ ਆ, ਆਟੋਮੈਟਿਕਲੀ ਸਭ ਕੁਝ ਹੋ ਹੀ ਜਾਂਦਾ, ਆਟੋਮੈਟਿਕਲੀ ਚੱਲੀ ਜਾਂਦਾ, ਅਤੇ ਉਹਦਾ ਸਾਡਾ ਧਿਆਨ ਨਹੀਂ ਜਾਂਦਾ ਹੈਗਾ। ਪਰ ਜਦੋਂ ਕੋਈ ਖਰਾਬ ਹੋ ਜਾਵੇ ਅੰਗ, ਹੈ ਨਾ, ਤਾਂ ਫਿਰ ਸਾਨੂੰ ਹੋਸ਼ ਆਉਂਦੀ ਆ ਵੀ ਮੇਰਾ ਅੰਗ ਸਹੀ ਨਹੀਂ ਚੱਲਦਾ, ਹੈ ਨਾ, ਤਾਂ ਹੀ ਉੱਥੇ ਤੁਹਾਡਾ ਧਿਆਨ ਜਾਂਦਾ ਹੈ। ਅਸੀਂ ਲੋਕਾਂ ਪਾਸ ਟਾਈਮ ਵੀ ਨਹੀਂ ਆਪਣੀ ਬੋਡੀ ਬਾਰੇ ਸੋਚਣ ਦਾ। ਟਰੂ ਟਰੂ ਭਾਅ ਜੀ। ਹੁਣ ਮੈਂ ਸਿੱਧੀ ਗੱਲ ਦੱਸਾਂ, ਆਪਾਂ ਇੱਕ ਦੂਜੇ ਦਾ, ਰਿਸ਼ਤੇਦਾਰਾਂ ਦਾ, ਬੱਚਿਆਂ ਦਾ ਸੋਚਦੇ ਨਾ, ਆਪਣੇ ਆਪ ਨੂੰ ਇਗਨੋਰ ਕਰ ਦਿੰਦਾ ਬੰਦਾ। ਦੈਟਸ ਰਾਈਟ। ਲਾਈਫ ਸਟਾਈਲ ਇੰਨਾ ਤੇਜ਼ ਹੋ ਚੁੱਕਾ ਆ, ਹੈ ਨਾ, ਹਰੇਕ ਹੀ ਬਹੁਤ ਬਿਜ਼ੀ ਆ ਬੰਦਾ, ਅਤੇ ਉਹਦੇ ਲਈ ਤਾਂ ਧਿਆਨ ਹੀ ਨਹੀਂ ਹੈਗਾ ਵੀ ਆਪਣੀ ਬੋਡੀ ਬਾਰੇ ਖਿਆਲ ਰੱਖੀਏ, ਹੈ ਨਾ, ਆਪਣੀ ਸਿਹਤ ਬਾਰੇ ਖਿਆਲ ਰੱਖੀਏ। ਹਰ ਵੇਲੇ ਕੰਮ 'ਚ ਰੁੱਝੇ ਰਹਿੰਦੇ ਸਾਰੇ ਲੋਕ ਅੱਜ ਕੱਲ੍ਹ। ਵੈਰੀ ਸੈਡ, ਜਿੱਦਾਂ ਦੀ ਲਾਈਫ ਹੈਗੀ, ਬੜੀ ਸੈਡ। ਪਤਾ ਨਹੀਂ, ਯੂ ਨੋ, ਮੈਂ ਡਾਕਟਰ, ਮੈਨੂੰ ਕਈ ਦਫ਼ਾ ਇੱਥੇ ਬੈਠੇ ਦਿਮਾਗ ਚੱਲਦਾ, ਗੱਲਾਂ ਆਉਂਦੀਆਂ ਨੇ, ਬੜੀ ਟੱਚੀ ਗੱਲਾਂ ਹੁੰਦੀਆਂ। ਉਹ ਕਹਿੰਦਾ, ਤੁਹਾਡੇ ਮਾਂ ਪਿਓ, ਜਦੋਂ ਤੁਸੀਂ ਬੱਚੇ ਹੁੰਦੇ ਹੋ, ਤੁਹਾਡੇ ਮਾਂ ਪਿਓ ਤੁਹਾਨੂੰ ਕਦੀ ਨਹੀਂ ਛੱਡਦੇ, ਕਿਉਂਕਿ ਤੁਸੀਂ ਬੱਚੇ ਹੋ, ਤੁਹਾਡਾ ਸਾਥ ਨਹੀਂ ਛੱਡਣਗੇ। ਤੁਸੀਂ ਹੁਸ਼ਿਆਰ ਹੋਵੋ, ਤੁਹਾਡਾ ਦਿਮਾਗ ਕੰਮ ਕਰਦਾ ਹੋਵੇ, ਤੁਸੀਂ ਡਿਸੇਬਲ ਰਹੋ, ਤੁਹਾਡੇ ਮਾਂ ਪਿਓ ਤੁਹਾਨੂੰ ਕਦੇ ਨਹੀਂ ਸਾਥ ਛੱਡਣਗੇ ਤੁਹਾਡਾ। ਅਤੇ ਜਦੋਂ ਬੁੜੇ ਹੋ ਜਾਂਦੇ, ਤੁਹਾਡੇ ਮਾਂ ਪਿਓ, ਤੁਸੀਂ ਉਹਨਾਂ ਦਾ ਸਾਥ ਕਿਉਂ ਛੱਡ ਦਿੰਦੇ ਹੋ? ਇਹਦਾ ਇਲਾਜ ਦੱਸੋ, ਇਹਦਾ ਇਲਾਜ ਕੀ ਹੈ ਭਾਜੀ? ਨਹੀਂ ਡਾਕਟਰ ਸਾਹਿਬ, ਤਾਂ ਮੇਰੇ ਪਾਸ ਗੱਲਾਂ ਕੀ ਹੁੰਦੀਆਂ ਨੇ, ਬੜਾ ਫੀਲ ਹੁੰਦਾ ਕਿ ਸਾਡੇ ਪਾਸ ਇਹ ਵੀ ਸੋਚਣ ਦਾ ਟਾਈਮ ਨਹੀਂ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਇੱਕ ਇੱਕ ਸੈਕਰੀਫਾਈਸ ਕਰ ਦਿੰਦਾ ਬੱਚੇ ਲਈ। ਲੇਕਿਨ ਬੱਚੇ ਇੱਕ ਮਿੰਟ ਨਹੀਂ ਲਾਉਂਦੇ ਕਿ ਜਦੋਂ ਉਹਨਾਂ ਦਾ ਸਾਥ ਛੋੜ ਦਿੰਦੇ ਨੇ। ਦੈਟਸ ਟਰੂ, ਇਟਸ ਟਰੂ। ਯਾ, ਕੀ ਕਹਿ ਸਕਦੇ ਆਪਾਂ, ਇਹ ਤਾਂ ਇੱਦਾਂ ਦਾ ਇੱਕ ਲਾਈਫ ਸਟਾਈਲ ਬਣ ਚੁੱਕਾ ਹੈ, ਸਪੈਸ਼ਲੀ ਇਸ ਮੁਲਕ ਵਿੱਚ ਜ਼ਿਆਦਾ ਹੀ ਆ, ਅਤੇ ਮਾਂ ਪਿਓ ਸਭ ਕੁਛ ਕਰਦੇ ਆ। ਹਾਂਜੀ, ਤੁਹਾਨੂੰ ਪਤਾ ਹੀ ਆ, ਆਪਾਂ ਜਦੋਂ ਇੱਥੇ ਬਜ਼ੁਰਗ ਆਏ ਸੀਗੇ, ਕਿੰਨੀ ਉਹਨੀ ਮਿਹਨਤ ਕੀਤੀ, ਹੈ ਨਾ, ਬਿਲਕੁਲ, ਅਤੇ ਬਿਲਡਿੰਗ ਸਾਈਟਾਂ 'ਤੇ ਕੰਮ ਕੀਤਾ, ਫੈਕਟਰੀਆਂ ਵਿੱਚ ਕੰਮ ਕੀਤਾ, ਅਤੇ ਪੈਸੇ ਜੋੜੇ ਆਪਣੇ ਪੈਰਾਂ 'ਤੇ ਖੜ੍ਹੇ ਹੋਏ, ਘਰ ਖਰੀਦਿਆ, ਅਤੇ ਇੰਨੀ ਮਿਹਨਤ ਕੀਤੀ ਉਹਨਾਂ ਦੀ। ਹਾਂਜੀ, ਇਹ ਵੀ ਟੋਪਿਕ ਅੱਛਾ, ਆਪਾਂ ਗੱਲ ਕਰਾਂਗੇ, ਪਹਿਲਾਂ ਆਪਾਂ ਕਾਲ ਲੈ ਲਈਏ ਜ਼ਰਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸਣਾ ਚਾਹੋਗੇ? ਹਾਂਜੀ, ਮੈਂ ਸਪੁਰਨ ਤੋਂ ਬੋਲਦੀ ਹਾਂ। ਹਾਂ, ਤੁਸੀਂ ਜ਼ਰਾ ਉੱਚੀ ਬੋਲੋਗੇ, ਹੁਣ ਤੁਸੀਂ ਗੱਲ ਕਰੋਗੇ ਤਾਂ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ, ਤੁਸੀਂ ਡਾਕਟਰ ਜੀ ਨਾਲ ਗੱਲ ਕਰੋ। ਹਾਂਜੀ, ਡਾਕਟਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਮੈਂ ਉਹਨਾਂ ਤੋਂ ਕੁਛ ਪੁੱਛਣਾ ਨਹੀਂ, ਮੈਂ ਦੱਸਣਾ ਹੀ ਚਾਹੁੰਦੀ ਉਹਨਾਂ ਨੂੰ। ਹਾਂ ਹਾਂ, ਅਤੇ ਲਾਸਟ ਜਦੋਂ ਲੋਕਡਾਊਨ ਲੱਗਿਆ, ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ, ਸਿਰ ਵੀ ਬਹੁਤ ਦੁਖਦਾ ਸੀ, ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ, ਰਾਤ ਨੂੰ ਬਹੁਤ ਵਾਰੀ ਪਿਸ਼ਾਬ ਕਰਨ ਉੱਠਣਾ ਪੈਂਦਾ ਸੀ, ਸਿਰਹਾਣੇ ਉੱਪਰ ਸਿਰ ਵੀ ਨਹੀਂ ਰੱਖ ਹੁੰਦਾ ਗਾ, ਕੁਝ ਚੰਗੀ ਤਰ੍ਹਾਂ ਮੈਂ ਖਾ ਪੀ ਵੀ ਨਹੀਂ ਸੀ ਸਕਦੀ ਗੀ। ਫਿਰ ਮੈਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਦੇਖਦੀ ਹਾਂ ਕਾਲ ਚੈਨਲ, ਅਤੇ ਕਦੇ ਮਿਸ ਵੀ ਨਹੀਂ ਕੀਤਾ, ਅਤੇ ਮੈਂ ਡਾਕਟਰ ਜੀ ਦਾ ਨੰਬਰ ਤੁਹਾਡੇ ਚੈਨਲ ਤੋਂ ਲਿੱਤਾ ਸੀ, ਫਿਰ ਉਹਨਾਂ ਨਾਲ ਅਪੁਆਇੰਟਮੈਂਟ ਬੁੱਕ ਕੀਤੀ, ਤਾਂ ਫਿਰ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਖਾਣ ਵਾਸਤੇ, ਅਜੇ ਵੀ ਚੱਲਦੀ ਦਵਾਈ, ਪਰ ਜਿੰਨੀਆਂ ਵੀ ਮੇਰੀਆਂ ਪ੍ਰੋਬਲਮ ਸੀ ਸਾਰੀਆਂ ਠੀਕ ਹੋ ਗਈਆਂ। ਕੀ ਬਾਤ ਹੈ, ਵੈਰੀ ਨਾਈਸ। ਕੰਮ ਕਰਨ ਨੂੰ ਵੀ ਦਿਲ ਕਰਦਾ, ਅਤੇ ਲਾਈਫ ਵੀ ਚੇਂਜ ਹੋ ਜਾਂਦੀ ਹੈ, ਅਤੇ ਜਿਹੜਾ ਡਾਕਟਰ ਜੀ ਨੇ ਪ੍ਰਹੇਜ ਮੈਨੂੰ ਦੱਸਿਆ,
ਤਾਂ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਡਾਕਟਰ ਦੇ ਕੋਲ ਦਵਾਈ ਲੈਣੀ ਚਾਹੀਦੀ ਆ ਔਰ ਜਿਸ ਤਰ੍ਹਾਂ ਵੀ ਆਪਾਂ ਨੂੰ ਕਹਿੰਦੇ ਨੇ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਅਖੀਰ ਵਿੱਚ ਮੈਂ ਡਾਕਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਹਿਲਾਂ ਨਾਲੋਂ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਹਾਂਜੀ ਕਿੰਨੀ ਦੇਰ ਖਾਧੀ ਦਵਾ ਤੁਸੀਂ ਆਪਣੀ ਹਾਂਜੀ ਮੈਂ 4 ਮਹੀਨੇ ਖਾਧੀ ਪਰ ਮੈਨੂੰ ਅੱਜ ਕੋਈ 1 ਮਹੀਨੇ ਦੀ ਹੋਰ ਵੀ ਮਿਲੀ ਆ ਦਵਾਈ ਅੱਜ ਹੀ ਮਿਲੀ ਆ ਅਤੇ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਲਾਈਫ ਵਿੱਚ ਬਹੁਤ ਫਰਕ ਆ ਗਿਆ ਬਹੁਤ ਅੱਛੀ ਗੱਲ ਹੈ ਬਹੁਤ ਚੰਗੀ ਗੱਲ ਹੈ ਮੈਂ ਤਾਂ ਹੀ ਹਮੇਸ਼ਾ ਕਹਿ ਰਿਹਾ ਹੁੰਦਾ ਮੈਂ ਅੱਜ ਵੀ ਬੜੇ ਵਾਰ ਵਾਰ ਕਿਹਾ ਕਿ ਪ੍ਰੋਗਰਾਮ ਦੇਖਿਆ ਬਿਮਾਰੀ ਨੇ ਵੀ ਹੈਗੀ ਨਾ ਦੇਖਿਆ ਕਰੋ ਕੁਛ ਨੌਲੇਜ ਮਿਲਦੀ ਹੈ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਕਾਲ ਕਰਨ ਦਾ ਬਹੁਤ ਅੱਛਾ ਲੱਗਿਆ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸਾਡੇ ਸ਼ੋਅ ਨੂੰ ਬਸ ਤੰਦਰੁਸਤ ਰਹੋ ਇਹ ਸ਼ੋਅ ਹੀ ਇੱਦਾਂ ਦਾ ਹੈਗਾ ਅਤੇ ਕਾਲ ਕਰਿਆ ਕਰੋ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੁਹਾਨੂੰ ਹੈ ਨਹੀਂ ਹੈ ਕੋਈ ਸਵਾਲ ਪੁੱਛਣਾ ਬੱਚੇ ਲਈ ਜਾਂ ਆਦਮੀ ਲਈ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਇੱਕ ਚੀਜ਼ ਹੈਗੀ ਹੈ ਤੁਸੀਂ ਇਹ ਕਮਾਉਣੀ ਨਹੀਂ ਪੈਂਦੀ ਇਹ ਰੱਬ ਉੱਦਾਂ ਹੀ ਤੁਹਾਨੂੰ ਦੇ ਦਿੰਦਾ ਹੈ ਅਸੀਂ ਫਿਰ ਰੱਬ ਨੂੰ ਬਲੇਮ ਕਰਤਾ ਹੈ ਤਾਂ ਕਸੂਰ ਆਪਣਾ ਹੀ ਹੁੰਦਾ ਨਾ ਆਪਣਾ ਹੀ ਆਪਣਾ ਹੈ ਅਸੀਂ ਦੇਖਿਆ ਤਾਂ ਮੂੰਹ ਨਿਕਲ ਜਾਂਦਾ ਨੈਚੁਰਲੀ ਨਿਕਲ ਜਾਂਦਾ ਜੀ ਮੈਂ ਤਾਂ ਕੁਛ ਕੀਤਾ ਨਹੀਂ ਰੱਬ ਨੇ ਮੈਨੂੰ ਇਹ ਬਿਮਾਰੀ ਲਾਤੀ ਹੈ ਲੇਕਿਨ ਜੋ ਖਾਣਾ ਪੀਣਾ ਉਹ ਅਸੀਂ ਸੋਚਦੇ ਨਹੀਂ ਕਿ ਮੈਂ ਗਲਤ ਖਾਣਾ ਹੈ ਗਲਤ ਪੀਣਾ ਪਿਆ ਮੇਰਾ ਸੌਣ ਦਾ ਤਰੀਕਾ ਮੇਰਾ ਲਾਈਫ ਸਟਾਈਲ ਬੜਾ ਨਿਗਲੈਕਟ ਕੀਤਾ ਹੋਇਆ ਦਵਾਈ ਲਗਾਤਾਰ ਖਾਧੀ ਆ ਤੇ ਇਹਨਾਂ ਨੂੰ ਰਿਜ਼ਲਟ ਆਇਆ ਹਾਂਜੀ ਤੇ ਕਈ ਲੋਕੀ ਅਸੀਂ ਦੇਖੀਦੇ ਇੱਕੋ ਵਾਰੀ ਦਵਾਈ ਲੈਂਦੇ ਆ ਤੇ ਫਿਰ ਛੱਡ ਦਿੰਦੇ ਆ ਤੇ ਜ਼ਰੂਰੀ ਨਹੀਂ ਹੈਗਾ ਭਾਈ ਇੱਕੋ ਵਾਰੀ ਪਹਿਲੀ ਦਵਾਈ ਨਾਲ ਤੁਸੀਂ ਠੀਕ ਹੋ ਜਾਓਗੇ ਹਾਂਜੀ ਤੇ ਕਈ ਵਾਰੀ ਟਾਈਮ ਲੱਗ ਜਾਂਦਾ ਤੇ ਅਸੀਂ ਇੰਨੇ ਕਹਿ ਨਹੀਂ ਸਕਦੇ ਹੈ ਕਿ ਤੁਹਾਨੂੰ ਹਰ ਵੇਲੇ ਰਿਜ਼ਲਟ ਪਹਿਲੀ ਦਵਾਈ ਨਾਲ ਹੀ ਮਿਲ ਜਾਏਗਾ ਹਾਂਜੀ ਸੋ ਹੌਲੀ ਹੌਲੀ ਕਈ ਵਾਰੀ ਇਲਾਜ ਕਰਨਾ ਪੈਂਦਾ ਹੈ ਅਤੇ ਇੱਦਾਂ ਵੀ ਇੱਕ ਵਾਰੀ ਦਵਾਈ ਲੈ ਕੇ ਜੇ ਤੁਸੀਂ ਛੱਡ ਦਿੰਦੇ ਫਿਰ ਤੁਸੀਂ ਵੀ ਆਪਣਾ ਟਾਈਮ ਵੇਸਟ ਕਰਦੇ ਨਾਲ ਪੈਸੇ ਵੇਸਟ ਕਰਦੇ ਹਾਂ ਹਾਂਜੀ ਅਤੇ ਤੁਹਾਨੂੰ ਕੋਈ ਫਾਇਦਾ ਹੁੰਦਾ ਨਹੀਂ ਗਾ ਸੋ ਇਹ ਇੱਦਾਂ ਦਾ ਵੀ ਜਿਹੜੀਆਂ ਲੰਮੀਆਂ ਬਿਮਾਰੀਆਂ ਹੋ ਜਾਂਦੀਆਂ ਇਹਨਾਂ ਦਾ ਕੰਟੀਨਿਊਸਲੀ ਦਵਾਈ ਖਾਣੀ ਪੈਂਦੀ ਆ ਤਾਂ ਫਿਰ ਫਰਕ ਪੈ ਜਾਂਦਾ ਹਾਂਜੀ ਸੋ ਇਹਨਾਂ ਭੈਣ ਜੀ ਹੁਣ ਬਹੁਤ ਬਹੁਤ ਧੰਨਵਾਦ ਇੰਨੀ ਕੰਟੀਨਿਊਸਲੀ ਦਵਾਈ ਖਾਧੀ ਆ ਅਤੇ ਇਹਨਾਂ ਨੂੰ ਬਹੁਤ ਹੀ ਫਰਕ ਪੈ ਗਿਆ ਅਤੇ ਬਾਕੀ ਆਪਾਂ ਲਾਈਫ ਸਟਾਈਲ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਵੀ ਲਾਈਫ ਸਟਾਈਲ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਆ ਬਿਲਕੁਲ ਹਾਂਜੀ ਸੋ ਆਪਣੀ ਡਾਇਟ ਸਹੀ ਰੱਖਣੀ ਐਕਸਰਸਾਈਜ਼ ਕਰਨੀ ਸਭ ਕੁਛ ਜਿੱਦਾਂ ਵੀ ਆਪਾਂ ਰਹਿਣਾ ਆ ਉਹ ਸਾਡੀ ਆਪਣੀ ਜ਼ਿੰਮੇਵਾਰੀ ਆ ਇਹ ਰੱਬ ਦੀ ਜ਼ਿੰਮੇਵਾਰੀ ਨਹੀਂ ਹੈਗੀ ਹਾਂਜੀ ਸੋ ਬਹੁਤ ਜ਼ਿਆਦਾ ਬਿਮਾਰੀਆਂ ਤਾਂ ਲਾਈਫ ਸਟਾਈਲ ਆਪਾਂ ਤਾਂ ਫਟਾਫਟ ਬਹਾਨਾ ਲੱਭੀ ਜਾਂ ਕਿਸੇ ਦਾ ਨਾਮ ਲਾਈਏ ਕਿ ਮੈਨੂੰ ਦੇਖ ਲਓ ਜੀ ਮੈਨੂੰ ਕੀ ਮੈਂ ਤਾਂ ਕੋਈ ਚੰਗੇ ਕੰਮ ਕੀਤੇ ਰੱਬ ਨੇ ਬਿਮਾਰੀ ਦੇ ਦਿੱਤੀ ਮੈਨੂੰ ਦੱਸ ਰਿਹਾ ਚਲੋ ਕਈ ਵਾਰੀ ਹੁੰਦਾ ਵੀ ਹੈ ਕਰਮਾਂ 'ਚ ਚੱਕਰ ਵੀ ਹੁੰਦਾ ਕਈ ਵਾਰੀ ਪਏ ਹਾਂਜੀ ਕੋਈ ਨਾ ਕੋਈ ਅਚਾਨਕ ਬਿਮਾਰੀ ਵੀ ਲੱਗ ਸਕਦੀ ਹੈ ਉਹਦਾ ਕੋਈ ਕਰਮ ਦਾ ਚੱਕਰ ਹੁੰਦਾ ਲੈਣ ਦੇਣ ਦੇ ਹਾਂ ਦੱਸ ਰਿਹਾ ਯੂ ਡੋਂਟ ਨੋ ਹਾਂਜੀ ਪਿਛਲੇ ਜਨਮਾਂ ਦਾ ਕੋਈ ਹਿਸਾਬ ਕਿਤਾਬ ਵੀ ਹੁੰਦਾ ਕਈ ਵਾਰੀ ਅਤੇ ਉਹ ਵੀ ਹੋ ਜਾਂਦਾ ਹੈ ਸੋ ਇਹ ਅਸੀਂ ਲੋਕ ਆ ਜਿਹੜੇ ਪਿਛਲੇ ਜਨਮ ਦਾ ਹਿਸਾਬ ਕਿਤਾਬ ਦੇਖਦੇ ਆ ਗੋਰੇ ਤਾਂ ਮੰਨਦੇ ਨੇ ਜਿੰਦਾਂ ਦੇ ਵਿੱਚ ਇਸੇ ਕਰਕੇ ਤਾਂ ਖੁਸ਼ ਰਹਿੰਦੇ ਨੇ ਤੰਦਰੁਸਤ ਰਹਿੰਦੇ ਨੇ ਚਿੱਟੇ ਰੰਗ ਦੇ ਲਾਲ ਰਹਿੰਦੇ ਨੇ ਖਾਂਦੇ ਪੀਂਦੇ ਆਪਣਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਡਾਕਟਰ ਸਾਹਿਬ ਮੈਨੂੰ ਇਹ ਜਿਹੜੀ ਹੁਣ ਆਪਾਂ ਵਾਪਸ ਕਫ ਦੀ ਗੱਲ ਕਰੀਏ ਕਿਉਂਕਿ ਬੜੀ ਕਾਮਨ ਚੀਜ਼ ਹੈਗੀ ਹੈ ਡਾਕਟਰ ਸਾਹਿਬ ਜੇ ਤੁਹਾਨੂੰ ਬਹੁਤ ਕਫ ਦੀ ਸ਼ਿਕਾਇਤ ਰਵੇ ਯੂ ਆਰ ਨੋਟ ਅਸਮੈਟਿਕ ਤੁਸੀਂ ਉਹਦਾ ਅਸਮੈਟਿਕ ਹੋ ਸਕਦੇ ਹੋ ਹਾਂਜੀ ਹਾਂਜੀ ਇੱਕ ਕੁਡ ਬੀ ਪੇ ਮਾਈਲਡ ਅਸਥਮਾ ਹੈਗਾ ਆ ਤੁਹਾਨੂੰ ਅੱਛਾ ਉਹ ਸ਼ੁਰੂ ਉਹਦੇ ਕਰਕੇ ਹੋਈ ਹੈ ਹਾਂ ਦੈਟਸ ਰਾਈਟ ਉਹ ਟਿਊਬਸ ਜਿਹਨਾਂ ਥੋੜ੍ਹੀ ਜਿਹੀ ਨੈਰੋ ਹੋ ਜਾਂਦੀ ਹੈ ਨਾ ਅਤੇ ਕੌਫ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪੂਰਾ ਸਾਹ ਨਹੀਂ ਆਉਂਦਾ ਹੈਗਾ ਅਤੇ ਇੱਕ ਨਿਸ਼ਾਨੀ ਆ ਇਹ ਹਾਂਜੀ ਅਤੇ ਅਸਥਮਾ ਦੀ ਅਤੇ ਪਰ ਜ਼ਿਆਦਾ ਹੁੰਦੀ ਹੈ ਐਲਰਜੀਕ ਅਸਥਮਾ ਦੀ ਕੋਈ ਨਾ ਕਿਸੇ ਚੀਜ਼ ਤੋਂ ਤੁਸੀਂ ਜਿਹੜਾ ਸਾਹ ਲੈਂਦੇ ਹੈ ਨਾ ਕੋਈ ਨਾ ਕੋਈ ਚੀਜ਼ ਉਹ 'ਚ ਤੁਸੀਂ ਐਲਰਜੀਕ ਹੈ ਉਹ ਤੋਂ ਜਿੱਦਾਂ ਹਾਊਸ ਡਸਟ ਹੋਇਆ ਨਾ ਹਾਊਸ ਡਸਟ ਮਾਈਟ ਉਹਨੂੰ ਕਹਿੰਦੇ ਆ ਬਹੁਤ ਬਰੀਕ ਇੱਕ ਜੀਵ ਆ ਹਾਊਸ ਡਸਟ ਵਿੱਚ ਰਹਿੰਦਾ ਹੈ ਹਾਂਜੀ ਹਾਊਸ ਡਸਟ ਮਾਈਟ ਉਹ ਤੋਂ ਐਲਰਜੀ ਹੋ ਜਾਂਦੀ ਆ ਜਾਂ ਤੁਸੀਂ ਆ ਜਿਹੜੇ ਸਪਿਲੋਸ ਹੁੰਦੇ ਉਹਦੇ ਵਿੱਚ ਫੰਗ ਨਹੀਂ ਪਾਏ ਹੁੰਦੇ ਹਾਂਜੀ ਤੁਸੀਂ ਫੈਦਰਸ ਤੋਂ ਐਲਰਜਿਕ ਹੋ ਜਾਂਦੇ ਆ ਇੱਦਾਂ ਦੀ ਕੋਈ ਨਾ ਕੋਈ ਚੀਜ਼ ਹੋ ਸਕਦੀ ਆ ਜਾਂ ਪੈਟਸ ਤੁਸੀਂ ਕੋਈ ਰੱਖੇ ਆ ਉਹਨਾਂ ਤੋਂ ਤੁਸੀਂ ਐਲਰਜਿਕ ਹੋ ਜਾਂਦੇ ਆ ਅਤੇ ਉਹ ਫਿਰ ਸਾਹ ਥੋੜ੍ਹਾ ਜਿਹਾ ਘੁੱਟ ਹੋਣ ਲੱਗ ਪੈਂਦਾ ਫਿਰ ਕੌਫ ਸ਼ੁਰੂ ਹੋ ਜਾਂਦਾ ਕਾਰਪਟ ਵਗੈਰਾ ਤੋਂ ਵੀ ਹੋ ਜਾਂਦਾ ਕਾਰਪਟ ਤੋਂ ਵੀ ਕਾਰਪਟ ਫਾਈਬਰਸ ਤੋਂ ਵੀ ਕਈ ਨੂੰ ਹੋ ਜਾਂਦਾ ਹਾਂਜੀ ਕਿਉਂਕਿ ਇਹਨਾਂ ਵਿੱਚ ਕਈ ਕੈਮੀਕਲਸ ਵੀ ਪਾਏ ਹੁੰਦੇ ਆ ਕਾਰਪਟਸ ਵਿੱਚ ਹਾਂਜੀ ਅਤੇ ਉਹ ਤੁਸੀਂ ਕੈਮੀਕਲਸ ਤੋਂ ਵੀ ਐਲਰਜਿਕ ਹੋ ਸਕਦੇ ਆ ਡਾਕਟਰ ਜਿਹੜੀ ਕਫ ਹੈਗੀ ਹੈ ਇਨਫੈਕਸ਼ਨ ਹੈਗੀ ਹੈ ਬੰਦੇ ਨੂੰ ਇੱਕ ਦੂਜੇ ਨੂੰ ਲੱਗ ਸਕਦੀ ਨਹੀਂ ਇੱਕ ਦੂਜੇ ਨੂੰ ਨਹੀਂ ਲੱਗਦੀ ਅਨਲੈਸ ਉਹ ਤੋਂ ਵਾਇਰਸ ਜਾਂ ਬੈਕਟੀਰੀਅਲ ਹੈਗੀ ਆ ਹਾਂਜੀ ਅਤੇ ਜੇ ਐਲਰਜਿਕ ਕਫ ਆ ਉਹ ਤੋਂ ਇੱਕ ਦੂਜੇ ਨੂੰ ਨਹੀਂ ਹੋ ਸਕਦੀ ਉਹ ਨਹੀਂ ਲੱਗ ਸਕਦੀ ਪਰ ਜੇ ਤੁਹਾਨੂੰ ਕੋਈ ਇਨਫੈਕਸ਼ਨ ਹੋਏ ਆ ਬੈਕਟੀਰੀਆ ਦਾ ਜਾਂ ਵਾਇਰਸ ਦਾ ਉਹ ਤੁਸੀਂ ਜਦੋਂ ਖੰਘਦੇ ਆ ਫਿਰ ਥੋੜ੍ਹਾ ਜਿਹਾ ਲਾਭ ਮੂੰਹ 'ਚੋਂ ਨਿਕਲਦਾ ਆ ਅਤੇ ਉਹ ਕੋਈ ਹੋਰ ਕੋਈ ਸਾਹ ਲੈ ਲੈਂਦਾ ਹੈ ਜਿੱਦਾਂ ਕਰੋਨਾ ਦਾ ਹੋ ਰਿਹਾ ਉਹ ਤਾਂ ਹਾਈਲੀ ਇਨਫੈਕਸ਼ਨ ਉਹ ਹਾਈਲੀ ਇਨਫੈਕਸ਼ਸ ਆ ਇੱਦਾਂ ਇਨਫੈਕਸ਼ਨ ਇੱਕ ਦੂਜੇ ਨਾਲ ਹੋ ਸਕਦਾ ਪਰ ਉੱਦਾਂ ਨਹੀਂ ਜਿੱਦਾਂ ਟੀ ਬੀ ਹੋਵੇ ਆ ਨਾ ਕਿਸੇ ਨੂੰ ਟੀ ਬੀ ਦਾ ਖੰਘ ਹੋਵੇ ਅਤੇ ਉਹ ਖੰਘ ਨਾਲ ਉਹ ਸਲਾਈਵਾ ਦੇ ਨਾਲ ਉਹ ਦੂਸਰੇ ਨੂੰ ਹੋ ਸਕਦੀ ਟੀ ਬੀ ਹਾਂਜੀ
ਸੋ ਇੱਦਾਂ ਦੇ ਕੇਸਿਸ ਵਿੱਚ ਤੁਹਾਨੂੰ ਕੇਅਰਫੁਲ ਹੋਣਾ ਪੈਂਦਾ ਹੈ। ਡਾਕਟਰ ਜੀ ਨੂੰ ਬਿਗਨਿੰਗ ਹੋਵੇ ਕਬ ਥੋੜ੍ਹੀ ਬਹੁਤੀ ਸ਼ਿਕਾਇਤ ਰਹਿੰਦੀ ਹੋਵੇ ਜੀ ਪੀ ਨਾਲ ਜਾਣ ਨਾਲੋਂ ਜਾਂ ਕਿਤੇ ਵੀ ਕੁਛ ਕਰਨ ਨਾਲੋਂ ਉਹ ਆਪ ਪਹਿਲਾਂ ਕੀ ਕਰ ਸਕਦਾ ਬੰਦਾ ਟੂ ਮੇਕ ਸ਼ੋਰ ਕਿ ਉਹਦਾ ਸਿਸਟਮ ਠੀਕ ਰਹਿੰਦਾ? ਹਾਂਜੀ ਹਾਂਜੀ, ਸੋ ਜੇ ਤੁਹਾਨੂੰ ਮਾੜੀ ਮੋਟੀ ਕਫ ਹੁੰਦੀ ਹੈ ਤੁਸੀਂ ਹਨੀ ਐਂਡ ਲੈਮਨ ਲੈ ਸਕਦੇ ਹੋ। ਹਨੀ ਐਂਡ ਲੈਮਨ? ਹਾਂਜੀ, ਹਨੀ ਐਂਡ ਲੈਮਨ, ਦੈਟਸ ਗੁੱਡ ਫੋਰ ਇਟ। ਅਤੇ ਜੇ ਤੁਹਾਨੂੰ ਰੇਸ਼ਾ ਰੁਕੀ ਆ ਤਾਂ ਤੁਸੀਂ ਸਟੀਮ ਲੈ ਸਕਦੇ ਹਾਂ। ਹਾਂਜੀ, ਸੋ ਸਟੀਮ ਪਾਣੀ ਗਰਮ ਕਰਕੇ ਅਤੇ ਟਾਊਲ ਸਿਰ ਦੇ ਉੱਤੇ ਰੱਖ ਕੇ ਉਹ ਥੋੜ੍ਹੀ ਸਟੀਮ ਇਨਹੇਲ ਕਰਨੀ, ਉਹਦੇ ਨਾਲ ਰੇਸ਼ਾ ਜਿਹੜੀ ਆ ਉਹ ਪਤਲੀ ਹੋ ਜਾਂਦੀ ਆ। ਹਾਂਜੀ, ਜੇ ਸਟੀਮ ਨਹੀਂ ਲੈਣੀ ਹੈਗੀ ਤਾਂ ਤੁਸੀਂ ਸੌਂਫ ਕਾਢ ਕੇ ਪੀ ਲਓ। ਹਾਂਜੀ, ਸੌਂਫ ਕਾਢਨੇ ਦੇ ਨਾਲ ਵੀ ਉਹ ਰੇਸ਼ਾ ਪਤਲੀ ਹੋ ਜਾਂਦੀ ਹੈ। ਅਤੇ ਫਿਰ ਆਪਣੇ ਆਮ ਦੁਕਾਨਾਂ ਵਿੱਚੋਂ ਬਿਨਕਸ਼ੇ ਮਿਲਦੇ ਆ। ਹਾਂਜੀ, ਉਹ ਥੋੜ੍ਹੇ ਜਿਹੇ ਹਰਬਸ ਬਣਾਏ ਹੁੰਦੇ ਮਿਕਸ ਕੀਤੇ ਉਹ ਤੁਸੀਂ ਪਾਣੀ ਵਿੱਚ ਵਾੜ ਲਓ ਅਤੇ ਉਹ ਬਿਨਕਸ਼ਾ ਪੀ ਲਓ ਅਤੇ ਉਹਦਾ ਵੀ ਕਾਫੀ ਫਾਇਦਾ ਹੋ ਜਾਂਦਾ ਹੈ। ਪਰ ਅਗੇਨ ਹਰ ਚੀਜ਼ ਜਦੋਂ ਅਸੀਂ ਵਿਸ਼ਾ ਕਹਿੰਦੇ ਹੁੰਦੇ ਹਾਂ ਜੋ ਵੀ ਗੱਲਾਂ ਕਰਦੇ ਤੁਸੀਂ ਐਕਸੈਸਿਵ ਕਰਨਾ ਸ਼ੁਰੂ ਕਰ ਦਿਓ ਵੀ ਤਾਂ ਨੁਕਸਾਨ ਕਰੇਗੀ ਨਾ ਫਿਰ ਉਹ। ਹਾਂਜੀ ਹਾਂਜੀ, ਕੋਈ ਜ਼ਿਆਦਾ ਮੈਂ ਇੱਕ ਦੋ ਦਫ਼ਾ ਜੇ ਦਿਨ 'ਚ ਕੁਛ ਕਰਨਾ ਤੁਸੀਂ ਕੋਈ ਮੈਂ ਇੱਦਾਂ ਦਾ ਦੋ ਦੋ ਘੰਟੇ ਬਾਅਦ ਕਰੀ ਜਾਵਾਂ, ਹਾਂਜੀ ਉਹਦਾ ਨੁਕਸਾਨ ਹੀ ਪਹੁੰਚਾਏਗੀ ਫਿਰ। ਹਾਂਜੀ, ਕੋਈ ਵੀ ਚੀਜ਼ ਹੈ ਤੁਸੀਂ ਜ਼ਿਆਦਾ ਇਸਤੇਮਾਲ ਕਰੋ। ਕੱਲ੍ਹ ਨੂੰ ਕਹਿ ਦਿੰਦੇ ਡਾਕਟਰ ਰਾਜ ਨੇ ਕਿਹਾ ਸੀਗਾ ਤੁਸੀਂ ਇੱਦਾਂ ਕਰੋ, ਮੇਰਾ ਨਾਂ ਲਾਓ, ਮੇਰਾ ਨਾਮ ਨਹੀਂ, ਤਾਂ ਹੀ ਤਾਂ ਮੈਂ ਕਲੀਅਰ ਕਰਦਾ। ਨਹੀਂ, ਫਾਇਦਾ ਜ਼ਰੂਰ ਹੈਗਾ, ਲੇਕਿਨ ਹਰ ਚੀਜ਼ ਦੀ ਲਿਮਿਟ ਹੁੰਦੀ ਹੈ ਕਿ ਤੁਸੀਂ ਕਿੰਨੀ ਦਫ਼ਾ ਲੈ ਸਕਦੇ ਹੋ। ਆਪਾਂ ਉਹਦੀ ਲਸਣ ਤਾਂ ਅਦਰਕ ਵਰਤਵਾ ਲਈ ਤਾਂ ਲੋਕੀ ਉਹ ਪੀ ਗਏ, ਖਾਈ ਗਏ ਤੇ ਉਹਨਾਂ ਨੂੰ ਗਰਮੀ ਪੈ ਗਈ ਬੋਡੀ ਵਿੱਚ। ਹਾਂਜੀ, ਲੋਕਾਂ ਨੇ ਖਾਣਾ ਤਾਂ ਖਾਣਾ, ਲੋਕੀ ਨਾ ਤਕਰੀਬਨ ਵੱਡੀਆਂ ਵੱਡੀਆਂ ਡਲੀਆਂ ਨਾ ਆਪਣੇ ਸਬਜ਼ੀ 'ਚ ਅਤੇ ਦਾਲਾਂ ਦੂਲਾਂ 'ਚ ਵੀ ਪਾਉਣ ਲੱਗ ਪਏ। ਹਾਂਜੀ, ਦੈਟਸ ਰਾਈਟ, ਗਰਮੀ ਹੋ ਗਈ, ਫਿਰ ਉਹਨਾਂ ਨੂੰ ਹੀਟ ਬੋਡੀ 'ਚ ਪੈਦਾ ਜ਼ਿਆਦਾ ਹੋ ਗਈ ਅਤੇ ਕਿਸੇ ਦੇ ਸਟਮਕ ਪ੍ਰੋਬਲਮ ਹੋ ਗਿਆ, ਕਿਸੇ ਦਾ ਦਿਲ ਜ਼ਿਆਦਾ ਧੜਕਣ ਲੱਗ ਪਿਆ, ਕਿਸੇ ਦਾ ਬਲੱਡ ਪ੍ਰੈਸ਼ਰ ਅੱਪ ਹੋ ਗਿਆ। ਸੋ ਇੱਦਾਂ ਦੀ ਪ੍ਰੋਬਲਮ ਜ਼ਿਆਦਾ ਬਣਤਨ ਦੇ ਨਾਲ ਹੋ ਗਿਆ। ਡਾਕਟਰ ਸਾਹਿਬ, ਟਾਈਮ ਬੜੀ ਫਾਸਟ ਜਾ ਰਿਹਾ, ਪਲੀਜ਼, ਬਹੁਤ ਅੱਛਾ ਲੱਗਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਪਲੀਜ਼ ਪ੍ਰੋਗਰਾਮ ਦੇਖਿਆ ਕਰੋ, ਬੜਾ ਇੰਟਰਸਟਿੰਗ, ਬੜਾ ਐਜੂਕੇਸ਼ਨਲ, ਬੜਾ ਕੁਛ ਸਿੱਖਣ ਨੂੰ ਮਿਲਦਾ। ਬਾਕੀ ਜਿਹੜੇ ਤੁਸੀਂ ਫੀਡਬੈਕ ਸਵਾਲ ਪੁੱਛਦੇ ਹੋ ਜਾਂ ਜਿਹਨਾਂ ਦੇ ਭੈਣ ਜੀ ਦਾ ਕਾਲ ਆਇਆ ਸੀ ਉਹਨਾਂ ਦਾ ਆਪਣਾ ਤੰਦਰੁਸਤ ਹੋਏ ਨੇ, ਉਹ ਯੂ ਨੋ ਇਟ ਫੀਲ ਸੋ ਨਾਈਸ ਕਿ ਜਿਹੜਾ ਸ਼ੋਅ ਦੇਖ ਕੇ ਉਹਨਾਂ ਨੇ ਕਾਲ ਚੱਲਣ 'ਤੇ ਸ਼ੋਅ ਦੇਖ ਕੇ ਡਾਕਟਰ ਜੀ ਨਾਲ ਕੰਸਲਟੇਸ਼ਨ ਕੀਤੀ, ਉਹਨਾਂ ਦਾ ਇਲਾਜ ਫਰਕ ਪੈ ਗਿਆ। ਇਸੇ ਤਰ੍ਹਾਂ ਵਰਡ ਟੂ ਮਾਊਥ ਤੁਸੀਂ ਇੱਕ ਦੂਜੇ ਨੂੰ ਦੱਸਦੇ ਹੋ, ਦਾ ਮੋਸਟ ਵਾਚ ਸ਼ੋਅ ਅਕਾਲ ਚੱਲਣ ਦੇ ਉੱਪਰ। ਅਕਾਲ ਚੱਲਣ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕੁਛ ਇੱਦਾਂ ਦੇ ਕੰਮ ਕਰੇ ਤੁਹਾਡਾ ਭਲਾ ਹੋਵੇ। ਨੈਕਸਟ ਵੀਕ ਸੇਮ ਟਾਈਮ ਫਿਰ ਤੁਹਾਡਾ ਮੁਲਾਕਾਤ ਹੋ ਗਈ। ਫਤਿਹ ਬੁਲਾਇਆ ਜੀ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ